ਹਟ ਜਾ ਇੱਕ ਬੇਟਾ ਆ ਜਾਂਦੇ ਚੀਨ ਕੌਣ ਆ ਰਹੇ ਕੌਣ ਕੌਣ ਹੈ ਕੌਣ ਆ ਰਿਹਾ ਬਲਬੀ ਆ ਜਾਓ ਨਰਿੰਦਰ ਭਾਅ ਜੀ ਇੱਧਰ ਕਿੱਥੇ ਜੀ ਮਸਾ ਬੁਲਾ ਲਓ ਨਾ ਯਾਰ ਪਹਿਲਾਂ ਬੁਲਾਉਣਾ ਸੀ ਨਾ ਹਾਂਜੀ ਹੁਣ ਸੀਰੀਅਸ ਹੀ ਰਿਹਾ ਕਰੂੰਗਾ ਜੀ ਮੈਂ ਸਰ ਚਲੇ ਗਏ ਆ ਰਹੇ ਜੀ ਬੁਲਾਓ ਨਾ ਬਿਠਾਓ ਨਾ ਆ ਜਾ ਭਾਈ ਕਰੀ ਸ਼ੁਰੂ ਸਭ ਤੋਂ ਪਹਿਲਾਂ ਮੈਂ ਮੀਡੀਆ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਛੋਟੇ ਜਿਹੇ ਸੱਦੇ 'ਤੇ ਤੁਸੀਂ ਇੱਥੇ ਪਹੁੰਚੇ ਹੋ ਪ੍ਰਿੰਟ ਦੋਸਤ ਆਏ ਨੇ ਤੁਹਾਡਾ ਵੈਲਕਮ ਸਵਾਗਤ ਸਾਡੀ ਪਾਰਟੀ ਦੀ ਸਾਰੀ ਲੀਡਰ ਨੀਤ ਹੇਅਰ ਜੀ ਸਾਡੇ ਜ਼ੋਨ ਦੇ ਇੰਚਾਰਜ ਨੇ ਦਲਵੀਰ ਢਿੱਲੋਂ ਜੀ ਔਰ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਜੀ ਡਿਪਟੀ ਲੀਡਰ ਪਾਰਟੀ ਦੇ ਵਿਧਾਨ ਸਭਾ 'ਚ MLA ਜਗਰਾਓਂ ਮੈਡਮ ਸਰਬਜੀਤ ਕੌਰ ਮਾਨੁਕੇ ਜੀ MLA ਗੜਸ਼ੰਕਰ ਜੈਕਿਸ਼ਨ ਰੋੜੀ ਜੀ ਅਤੇ ਸਾਡੇ ਅਨੰਦਪੁਰ ਸਾਹਿਬ ਤੋਂ ਡਿਕਲੇਅਰਡ ਕੈਂਡੀਡੇਟ ਵਰਿੰਦਰ ਸ਼ੇਰਗਿੱਲ ਜੀ ਬੈਠੇ ਨੇ ਅਤੇ ਬਾਕੀ ਸਾਰੀ ਜ਼ਿਲ੍ਹਾ ਕੁਲਤਾਰ ਸੰਧਮਾ ਜੀ ਸਾਡੇ MLA ਕੋਟਕਪੂਰਾ ਰੁਪਿੰਦਰ ਰੂਬੀ ਮਨਜੀਤ ਬਿਲਾਸਪੁਰ ਔਰ ਕੁਲਵੰਤ ਪੰਡੋਰੀ MLA ਮਹਿਲਕਲਾਂ ਸਾਰੇ ਸਾਡੇ ਸਾਥੀ ਇੱਥੇ ਬਾਕੀ ਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ ਸਾਡੀਆਂ ਇੱਥੇ ਆਈ ਹੋਈਆਂ ਨੇ ਤੁਹਾਡੀਆਂ ਅੱਜ ਸਾਡਾ ਮੀਟਿੰਗਾਂ ਦਾ ਸਿਲਸਿਲਾ ਸੀ ਅੱਜ ਸੋਸ਼ਲ ਮੀਡੀਆ ਦੀ ਟੀਮ ਨਾਲ ਮੀਟਿੰਗ ਹੋਈ ਹੈ ਜ਼ਿਲ੍ਹਾ ਪ੍ਰਧਾਨਾਂ ਨਾਲ ਮੀਟਿੰਗ ਹੋਈ ਹੈ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ ਸੋ ਇੱਕ ਅਸੀਂ ਅੱਜ ਫੈਸਲਾ ਕੀਤਾ ਹੈ ਪਾਰਟੀ ਨੇ ਬਤੌਰ ਪ੍ਰਧਾਨ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖੀ ਹੈ ਤੁਹਾਨੂੰ ਸਾਰੀ ਉਹ ਚਿੱਠੀ ਜਿਹੜੀ ਹੈ ਉਹ ਮਿਲ ਜੂਗੀ ਬਾਅਦ 'ਚ ਸਭ ਤੋਂ ਵੱਡੀ ਇਸ ਵਕਤ ਮਾਰ ਜਿਹੜੀ ਪੈ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਉਹ ਹੈਗੀ ਹੈ ਬਿਜਲੀ ਦੇ ਬਿੱਲ ਘਰਾਂ ਦੀ ਬਿਜਲੀ ਅੱਜ ਪੰਜਾਬ ਦੇ ਵਿੱਚ
ਇੰਨੇ ਜ਼ਿਆਦਾ ਬਿੱਲ ਆ ਰਹੇ ਨੇ ਬਿਜਲੀ ਦੇ ਕਿ ਲੋਕਾਂ ਲਈ ਲਗਭਗ ਅਸੰਭਵ ਹੋ ਗਿਆ ਬਿਜਲੀ ਦੇ ਬਿੱਲ ਭਰਨਾ। ਅਸੀਂ ਪਿੰਡਾਂ ਜਾਂਦੇ ਹਾਂ, MLA ਸਾਹਿਬ ਪਿੰਡਾਂ ਜਾਂਦੇ ਨੇ, ਹਲਕਿਆਂ ਜਾਂਦੇ ਹਾਂ, ਤਾਂ ਲੋਕ ਜਿਹੜੇ ਨੇ ਖਾਸ ਤੌਰ 'ਤੇ ਗਰੀਬ ਦਲਿਤਾਂ ਦੇ ਘਰਾਂ 'ਚ ਵੀ 7-7, 8-8 ਹਜ਼ਾਰ ਰੁਪਏ ਦੇ ਬਿਜਲੀ ਦੇ ਬਿੱਲ ਨੇ, ਜਿਹੜੇ ਲੋਕ ਇਹ ਕਹਿੰਦੇ ਨੇ ਕਿ ਅਸੀਂ ਤਾਂ ਇੰਨੀਆਂ ਕਦੇ ਠੀਕਰੀਆਂ ਵੀ ਨਹੀਂ ਗਿਣੀਆਂ, ਅਸੀਂ ਕਿੱਥੋਂ ਭਰੀਏ ਪੈਸੇ ਇੰਨੇ। ਔਰ ਜਿਹੜੀਆਂ ਜਾਂ ਹੁਣ ਪਿੱਛੇ ਜੇ ਇੱਕ ਲੋਲੀਪੋਪ ਦਿੱਤਾ ਸੀ 90-90 ਹਜ਼ਾਰ, ਤਾਂ ਉਹ ਤਾਂ ਮਤਲਬ ਵੱਡੇ ਘਰਾਂ ਦੇ ਆ ਗਏ ਨਾ, ਗਰੀਬਾਂ ਦੇ। ਹਾਂ, ਤੋ ਮੇਰੇ ਕੋਲ ਜਿਹੜੇ ਬਿੱਲ ਆਏ ਨੇ ਉਹਨਾਂ 'ਚ 10-15-20 ਹਜ਼ਾਰ ਦੇ ਬਿੱਲ ਜਿਹੜੇ ਆਮ ਨੋਰਮਲ ਆਉਂਦੇ ਨੇ, ਔਰ ਇੱਕ ਪੱਖਾ, ਇੱਕ ਬੱਲਬ, ਬਸ ਇੰਨਾ ਕੁ, ਹੋਰ ਜ਼ਿਆਦਾ ਨਹੀਂ। ਉਹ ਵੀ ਸਰਦੀਆਂ 'ਚ ਜੇ ਇੰਨੇ ਆ ਰਹੇ ਨੇ ਤਾਂ ਗਰਮੀਆਂ ਦੇ ਵਿੱਚ ਤਾਂ ਬਿਜਲੀ ਦੀ ਖਪਤ ਹੋਰ ਵੀ ਵੱਧ ਜਾਂਦੀ ਹੈ। ਤਾਂ ਉਹ ਕਹਿੰਦੇ ਵੀ ਸਾਡੇ ਕੋਲ ਤਾਂ, ਸਾਡੇ ਤਾਂ ਹੱਥ ਖੜੇ ਨੇ ਹੁਣ, ਜਦਕਿ ਪੰਜਾਬ ਬਿਜਲੀ ਬਣਾਉਂਦਾ ਤਾਂ ਪੰਜਾਬ ਦੇ ਵਿੱਚ ਔਸਤਨ ਰੇਟ 10 ਰੁਪਏ ਪਰ ਯੂਨਿਟ ਦੇ ਨੇੜੇ ਤੇੜੇ ਹੈ, ਬੜੇ ਸੈੱਸ ਲੱਗੇ ਹੋਏ ਨੇ ਇਹਦੇ ਵਿੱਚ। ਦਿੱਲੀ ਬਿਜਲੀ ਖਰੀਦ ਰਹੀ ਹੈ, ਦਿੱਲੀ ਆਪਦੀ ਬਿਜਲੀ ਆਪ ਨਹੀਂ ਬਣਾਉਂਦੀ, ਉੱਥੇ ਗਰੀਬਾਂ ਨੂੰ 1 ਰੁਪਏ ਯੂਨਿਟ ਤੋਂ ਬਿਜਲੀ ਸ਼ੁਰੂ ਹੈ। ਅਸੀਂ ਦਿੱਲੀ ਦੇ ਰਿਕਸ਼ੇ ਵਾਲੇ ਦਾ ਲੁਧਿਆਣੇ ਦੇ ਰਿਕਸ਼ੇ ਵਾਲੇ ਨਾਲ ਬਿਜਲੀ ਦਾ ਬਿੱਲ ਕੰਪੇਅਰ ਕਰੀਏ ਤਾਂ ਦਿਨ ਰਾਤ ਦਾ ਫਰਕ ਹੈ ਜੀ। ਅਸੀਂ ਦਿੱਲੀ ਦੇ ਘਰੇ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਦਾ, ਮਲੇਰਕੋਟਲੇ ਸਬਜ਼ੀ ਦੀ ਰੇਹੜੀ ਲਾਉਣ ਵਾਲੇ ਨਾਲ ਕੰਪੇਅਰ ਕਰੀਏ, ਦਿਨ ਰਾਤ ਦਾ ਫਰਕ ਹੈ ਜੀ। ਦੇਖੋ, ਪਿਛਲੇ 2-4 ਸਾਲਾਂ ਦੌਰਾਨ 4 ਵਾਰੀ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਵਧਾ ਦਿੱਤੇ ਗਏ, ਅਤੇ ਅਗਲੀ ਵਾਰ ਦੀ ਤਿਆਰੀ ਹੈ ਹੁਣ ਅਗਲੀਆਂ ਦਰਾਂ ਵਧਾਉਣ ਦੀ। ਅਤੇ ਪਿਛਲੀ ਬਾਦਲ ਸਰਕਾਰ ਵੱਲੋਂ ਨਿੱਜੀ ਕੰਪਨੀਆਂ ਨਾਲ ਬਹੁਤ ਮਹਿੰਗੇ ਰੇਟਾਂ 'ਤੇ ਐਗਰੀਮੈਂਟ ਕੀਤੇ ਗਏ, ਸਰਕਾਰੀ ਥਰਮਲ ਪਲਾਂਟ ਬੰਦ ਹੋ ਗਏ, ਪ੍ਰਾਈਵੇਟ ਖੁੱਲ੍ਹ ਗਏ, ਉਹਨਾਂ ਨੇ ਬਾਹਰ ਮੀਟਰ ਲਾ ਲਏ, ਭਾਵੇਂ ਬਿਜਲੀ ਉਹਨਾਂ ਤੋਂ ਲਓ ਚਾਹੇ ਨਾ ਲਓ, ਉਹਨਾਂ ਨੇ ਪੈਸੇ ਲੈਣੇ ਨੇ, ਐਗਰੀਮੈਂਟਾਂ ਦੇ ਵਿੱਚ ਕਲੋਜ਼ ਪਾਏ ਹੋਏ ਨੇ। ਅਤੇ ਬਣਦਾ ਤਾਂ ਇਹ ਸੀਗਾ, ਕੈਪਟਨ ਸਾਹਿਬ ਦਾ ਹੱਕ, ਫਰਜ਼, ਕਿ ਉਹ ਪਿਛਲੀ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਜਿਹੜੇ ਪਲੇਅਰ ਨੇ ਉਹਨਾਂ ਨੂੰ ਬਿਜਲੀ ਕਿਸ ਭਾਅ 'ਤੇ ਦਿੱਤੀ ਗਈ, ਕਿਸ ਕਿਹੜਾ ਉਹਦਾ ਕ੍ਰਾਈਟੇਰੀਆ ਰੱਖਿਆ ਗਿਆ, ਇਹਦੀ ਜਾਂਚ ਕਰਾਉਂਦੇ, ਅਤੇ ਜਿਹੜੇ ਇਹਦੇ ਇਸ ਘਪਲੇ ਦੇ ਦੋਸ਼ੀ ਸੀ ਉਹਨਾਂ ਨੂੰ ਜੇਲ੍ਹਾਂ ਤੱਕ ਪਹੁੰਚਾਉਂਦੇ। ਬਲਕਿ ਇਸ ਦੇ ਉਲਟ ਉਹਨਾਂ ਨੇ ਸੈਟਿੰਗ ਕਰ ਲਈ ਹੁਣ ਬਿਜਲੀ, ਪ੍ਰਾਈਵੇਟ ਬਿਜਲੀ ਵਾਲਿਆਂ ਨਾਲ, ਬਿਜਲੀ ਹੋਰ ਵੀ ਮਹਿੰਗੀ ਕਰਤੀ। ਸੋ ਇਸ ਵਕਤ ਸਭ ਤੋਂ ਵੱਡਾ ਜਿਹੜਾ ਮਸਲਾ ਬਿਜਲੀ ਦਾ, ਮੈਂ ਚਿੱਠੀ ਲਿਖ ਰਿਹਾ ਸਾਰੇ ਦੇਸ਼ ਦੇ ਵਿੱਚ, ਮਹਿੰਗੀ ਬਿਜਲੀ ਵਾਲੇ ਸੂਬਿਆਂ 'ਚ ਪੰਜਾਬ ਦਾ ਨਾਮ ਟੌਪ 'ਚ ਆਉਂਦਾ। ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਨੇ ਸਹੁੰ ਚੁੱਕੀ ਸੀ ਉਦੋਂ ਦਿੱਲੀ ਦਾ ਨਾਮ ਸਭ ਤੋਂ ਮਹਿੰਗੀ ਬਿਜਲੀ ਵਾਲੇ ਸੂਬਿਆਂ ਦੇ ਵਿੱਚ ਟੌਪ 'ਤੇ ਸੀ, ਅੱਜ ਸਭ ਤੋਂ ਸਸਤੀ ਬਿਜਲੀ ਦੇਸ਼ ਦੇ ਵਿੱਚ ਦਿੱਲੀ ਦੇ ਵਿੱਚ ਹੈ। ਜੇ ਦਿੱਲੀ 'ਚ ਹੋ ਸਕਦਾ, ਪੰਜਾਬ 'ਚ ਕਿਉਂ ਨਹੀਂ ਹੋ ਸਕਦਾ? ਇਹ ਹੁਣ ਤਾਂ ਬਿਜਲੀ ਦੇ ਮੁਲਾਜ਼ਮ ਜਦੋਂ ਜਾਂਦੇ ਨੇ, ਕੋਈ ਮੀਟਰ ਰੀਡਰ ਜਾਂਦਾ ਜਾਂ ਕੋਈ ਬਿੱਲ ਨਹੀਂ ਭਰਦਾ, ਉਹਦਾ ਕੋਈ ਕਨੈਕਸ਼ਨ ਕੱਟਣ ਦਾ ਕੋਈ ਹੁਕਮ ਆਉਂਦਾ, ਤਾਂ ਹਿੰਸਕ ਝੜਪਾਂ ਹੋਣ ਲੱਗੀਆਂ ਪਿੰਡਾਂ 'ਚ, ਲੋਕ ਲੜਨ ਲੱਗ ਗਏ ਉਹਨਾਂ ਨਾਲ ਕਿ ਆ ਜਾਓ ਹੁਣ ਕੀ ਕਰੋਗੇ ਸਾਡਾ। ਸੋ ਇਹ ਸ਼ਾਇਦ ਇਹਨਾਂ ਨੂੰ ਕੋਠੀਆਂ 'ਚ ਬਹਿ ਕੇ, ਇਹਨਾਂ ਨੂੰ ਹੈਲੀਕਾਪਟਰਾਂ 'ਚ ਬਹਿ ਕੇ, ਇਹਨਾਂ ਨੂੰ ਜਿਹੜੀਆਂ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਬਹਿ ਕੇ ਨਹੀਂ ਪਤਾ ਲੱਗ ਰਿਹਾ ਹੈ, ਕਿਉਂਕਿ ਪਬਲਿਕ 'ਚ ਨਹੀਂ ਜਾ ਰਹੇ, ਸਰਕਾਰ ਪਬਲਿਕ 'ਚ ਨਹੀਂ ਜਾ ਰਹੀ, ਸਰਕਾਰ ਪਬਲਿਕ ਨਾਲੋਂ ਬਿਲਕੁਲ ਆਊਟ ਆਫ ਟੱਚ ਹੈ, ਕੋਈ ਉਹਨਾਂ ਦਾ ਸੰਪਰਕ ਨਹੀਂ, ਸਿਰਫ ਸਟੇਜਾਂ 'ਤੇ ਭਾਸ਼ਣ ਦੇ ਕੇ ਵਾਪਸ ਆ ਜਾਂਦੇ ਨੇ, ਇਹ ਕਾਗਜ਼ਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਐਡ ਲਵਾ ਕੇ ਕਿ ਇੰਨੇ ਕਰੋੜ ਦੇ ਅਸੀਂ ਕਰਜ਼ੇ ਮਾਫ਼ ਕਰਤੇ, ਇੰਨੇ
ਇੰਨੇ ਕਰੋੜ ਦਾ ਡਰੱਗ ਫੜ ਲਿਆ, ਡਰੱਗ ਦਾ ਅਸੀਂ ਜਿਹੜੇ ਰੀੜ ਦੀ ਹੱਡੀ ਤੋੜਤੀ ਨੈਕਸਿਸ ਦੀ, ਇਹ ਸਿਰਫ ਕਾਗਜ਼ੀ ਗੱਲਾਂ ਨੇ। ਅੱਜ ਪੰਜਾਬ ਦੇ ਲੋਕ ਜਿਹੜੇ ਨੇ, ਔਰ ਨਾਲ ਹੁਣ ਪਾਣੀ ਦਾ ਵੀ ਆਉਣ ਲੱਗ ਗਿਆ ਬਿੱਲ। ਮੈਂ ਕੱਲ੍ਹ ਪਿਛਲੇ ਦਿਨ ਸੰਘੇੜੇ ਗਿਆ ਸੀਗਾ ਮੈਂ ਬਰਨਾਲਾ ਹਲਕੇ 'ਚ, 10,000 ਰੁਪਏ ਇੱਕ ਗਰੀਬ ਪਰਿਵਾਰ ਨੇ ਪਾਣੀ ਦਾ ਬਿੱਲ ਦਿਖਾਇਆ ਜੀ, ਕਿਹਾ ਜੀ ਮੈਂ ਕਿੱਥੋਂ ਭਰੂੰਗਾ ਪਾਣੀ ਦਾ ਬਿੱਲ ਟੂਟੀਆਂ ਦਾ। ਸੋ ਅੱਜ ਜਿਹੜਾ ਸੂਬਾ ਪਾਣੀਆਂ ਦੇ ਨਾਂ 'ਤੇ ਸੀ 5 ਆਬ, ਅੱਜ ਉੱਥੇ ਪਾਣੀ ਦਾ ਬਿੱਲ 10-10 ਹਜ਼ਾਰ ਰੁਪਇਆ, ਜਦਕਿ ਦਿੱਲੀ ਦੇ ਵਿੱਚ 20,000 ਲੀਟਰ ਪਾਣੀ ਹੈਗੇ। ਦਿੱਲੀ ਦੇ ਵਿੱਚ ਪਾਣੀ ਪਹਿਲੇ ਦਿਨੋਂ, ਜਦੋਂ ਆਪਾਂ ਹਜੇ ਯਕੀਨ ਵੀ ਨਹੀਂ ਕਰਦੇ ਸੀ ਕਿ ਦਿੱਲੀ ਦੇ ਵਿੱਚ ਜੀ 50 ਪੈਸਿਆਂ ਦਾ ਜਾਂ 1 ਰੁਪਈਏ ਦਾ ਪਾਣੀ ਦਾ ਗਲਾਸ ਮਿਲਦਾ, ਤਾਂ ਇੱਥੇ ਆ ਕੇ ਦੱਸਦੇ ਸੀ ਤਾਂ ਲੋਕ ਯਕੀਨ ਨਹੀਂ ਕਰਦੇ ਸੀ ਪਾਣੀ ਵੀ ਮੁੱਲ ਮਿਲਦਾ ਹੁੰਦਾ ਕਿਤੇ। ਉੱਥੇ ਅੱਜ 20,000 ਲੀਟਰ ਫਰੀ ਹੈ, ਇੱਥੇ ਅਸੀਂ 10,000 ਦੇ ਬਿੱਲ ਗਰੀਬਾਂ ਨੂੰ ਭੇਜੇ ਨੇ। ਸੋ ਕੈਪਟਨ ਸਰਕਾਰ ਨੇ ਜਿਹੜਾ ਲੋਲੀਪੌਪ ਪਿਛਲੇ ਦਿਨ ਹੀ ਦਿੱਤਾ ਹੈ ਕਿ ਅਸੀਂ ਉਹ ਸਲੈਬ ਚੇਂਜ ਕਰ ਦਿੰਦੇ 200 ਯੂਨਿਟ ਵਾਲੀ, ਉਹ ਮੰਨੀ ਜਾਊਗੀ। ਉੱਥੇ ਪਰ ਮੰਥ ਬਿਜਲੀ ਦਾ ਬਿੱਲ ਆਉਂਦਾ ਜੀ ਦਿੱਲੀ 'ਚ, ਇੱਥੇ ਪਰ ਮੰਥ ਕਿਉਂ ਨਹੀਂ ਆਉਂਦਾ? ਇਹ 2-2 ਮਹੀਨਿਆਂ ਦਾ ਕਰਕੇ ਉਹ ਸਲੈਬ ਚੇਂਜ ਹੋ ਜਾਂਦੀ ਹੈ, ਜਦੋਂ ਜ਼ਿਆਦਾ ਯੂਨਿਟ ਵੱਧ ਜਾਂਦੇ ਨੇ ਉਸ ਰੇਟ 'ਤੇ ਲਾਉਂਦੇ ਨੇ। ਸੋ ਮੈਂ ਅੱਜ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਚਿੱਠੀ ਲਿਖ ਰਹੇ ਹਾਂ ਕਿ ਅਸੀਂ ਉਹਨਾਂ ਨੂੰ 20 ਦਿਨ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਕਿ 20 ਦਿਨਾਂ ਦੇ ਵਿੱਚ ਫੌਰੀ ਤੌਰ 'ਤੇ ਰਾਹਤ ਦਿਓ ਗਰੀਬਾਂ ਨੂੰ ਬਿਜਲੀ ਦੇ ਬਿੱਲਾਂ 'ਚੋਂ। ਬਹੁਤ ਸੰਵੇਦਨਸ਼ੀਲ ਮੁੱਦਾ ਇਹ, ਹੱਦੋਂ ਵੱਧ ਮਹਿੰਗੀ ਬਿਜਲੀ ਜਿਹੜੀ ਮਾਰ ਤੋਂ ਰਾਹਤ ਦਿਓ। ਜੇ ਇਹ ਉਹਨਾਂ ਨੇ ਨਾ ਕੀਤਾ ਤਾਂ ਅਸੀਂ ਆਮ ਆਦਮੀ ਪਾਰਟੀ ਵੱਲੋਂ ਇਹ ਬਿਜਲੀ ਦੀ, ਸਸਤੀ ਬਿਜਲੀ ਦੀ ਜਿਹੜੀ ਲੜਾਈ ਹੈ, ਗਲੀਆਂ ਮਹੱਲਿਆਂ 'ਚ ਉੱਤਰ ਕੇ ਇੱਕ ਅੰਦੋਲਨ ਦੇ ਰੂਪ 'ਚ ਅਸੀਂ ਲੜਾਂਗੇ। ਫਿਰ ਅਸੀਂ ਪਿੰਡਾਂ 'ਚ ਜਾਵਾਂਗੇ, ਸਾਡੇ MLA ਸਾਡੇ ਜ਼ਿਲ੍ਹਾ ਪ੍ਰਧਾਨ ਜਾਣਗੇ, ਅਸੀਂ ਉਹਨਾਂ ਨੂੰ ਮਿਲਾਂਗੇ ਜਿਨ੍ਹਾਂ ਦੇ ਬਿੱਲ ਬਿਜਲੀ ਦੇ ਆਏ ਹੋਏ ਨੇ ਮਹਿੰਗੇ, ਉਹਨਾਂ ਨੂੰ ਮਿਲ ਕੇ ਇੱਕ ਕੋਮਨ ਪਲੇਸ 'ਤੇ ਸੱਥ ਦੇ ਵਿੱਚ ਇਕੱਠੇ ਕਰਕੇ ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਦੇ ਬਿੱਲ ਦੇਖਾਂਗੇ। ਉਹ ਤੋਂ ਬਾਅਦ ਉਹਨਾਂ ਦੀ ਕਮੇਟੀ ਬਣਾ ਦਾਂਗੇ ਉੱਥੇ ਅਸੀਂ। ਔਰ ਜੇ ਤਾਂ ਬਿਜਲੀ ਇਹਨਾਂ ਨੇ ਇਹਨਾਂ 20 ਦਿਨਾਂ ਦੇ ਵਿੱਚ ਕੋਈ ਰਾਹਤ ਦਿੱਤੀ ਤਾਂ ਠੀਕ ਹੈ, ਨਹੀਂ ਤਾਂ ਫਿਰ ਅਸੀਂ ਇਹਨੂੰ ਇੱਕ ਅੰਦੋਲਨ ਦੇ ਰੂਪ ਦੇ ਵਿੱਚ, ਬਿਜਲੀ ਸਸਤੀ ਬਿਜਲੀ ਅੰਦੋਲਨ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਗਲੀਆਂ 'ਚ ਜਾਊਗੀ। ਔਰ ਪੰਜਾਬ ਦੀ ਵਿਧਾਨ ਸਭਾ 12 ਤਰੀਕ ਤੋਂ ਸ਼ੁਰੂ ਹੋ ਰਹੀ ਹੈ, ਉੱਥੇ ਇਹ ਮਸਲੇ ਉਠਾਏ ਜਾਣਗੇ ਸਾਡੇ MLAs ਵੱਲੋਂ। ਔਰ ਪਾਰਲੀਮੈਂਟ 11-13 ਫਰਵਰੀ ਤੱਕ ਪਾਰਲੀਮੈਂਟ ਚੱਲ ਰਹੀ ਹੈ, ਅੱਜ ਮੈਂ ਸ਼ਾਮ ਨੂੰ ਦਿੱਲੀ ਜਾਊਂਗਾ, ਕੱਲ੍ਹ ਤੋਂ ਫਿਰ ਮੈਂ ਵੀ ਇਹ ਮਸਲਾ ਜਿਹੜਾ ਉਹ ਸੈਂਟਰ ਕੋਲ ਵੀ ਉਠਾਊਂਗਾ ਕਿ ਜੇ ਸਾਡੇ ਕੋਲੋਂ ਤੁਸੀਂ ਸੈਂਟਰ ਪੂਲ ਦੇ ਵਿੱਚ ਸਭ ਤੋਂ ਵੱਧ ਅਨਾਜ ਲੈਂਦੇ ਹੋ ਤਾਂ ਸੈਂਟਰ ਪੂਲ ਦੇ ਵਿੱਚੋਂ ਬਿਜਲੀ ਤਾਂ ਸਾਨੂੰ ਦਿਓ ਨਾ। ਫਿਰ ਹਜੇ ਤਾਂ ਝੋਨੇ ਦਾ ਸੀਜ਼ਨ ਹਜੇ ਆਉਣਾ ਹੈ ਜੂਨ 'ਚ, ਉਸ ਵੇਲੇ ਸਾਡਾ ਕੀ ਹਾਲ ਹੋਊਗਾ? ਉਸ ਵੇਲੇ ਘਰਾਂ ਦੀ ਬਿਜਲੀ ਜਿਹੜੀ ਉਹਦੀ ਖਪਤ ਹੋਰ ਵਧੂਗੀ। ਸੋ ਕੰਨ ਇੱਧਰਲੇ ਪਾਸੋਂ ਛੱਡ ਕੇ ਇੱਧਰਲੇ ਪਾਸਿਓਂ ਫੜ ਲਿਆ, ਜੇ ਖੇਤਾਂ ਵਾਲੀ ਫਰੀ ਕੀਤੀ ਹੈ ਤਾਂ ਘਰਾਂ ਵਾਲੀ ਡਬਲ ਟ੍ਰਿਪਲ ਕਰਤੀ, ਔਰ ਪ੍ਰਾਈਵੇਟਾਈਜੇਸ਼ਨ ਹੋ ਗਈ ਉਹਦੀ ਜਿਹੜੀ ਬਿਜਲੀ ਬੋਰਡ ਦੀ, ਅਤੇ ਉਹ ਹੁਣ ਆਪਦੀ ਮਰਜ਼ੀ ਮੁਤਾਬਕ ਝਟਕਾ ਅਖਬਾਰਾਂ 'ਚ ਹਰ 20-25 ਦਿਨਾਂ ਬਾਅਦ ਪੜ੍ਹਦੇ ਹਾਂ ਕਿ ਬਿਜਲੀ ਬੋਰਡ ਵੱਲੋਂ ਆਮ ਲੋਕਾਂ ਦੀ ਜੇਬ ਨੂੰ ਇੱਕ ਹੋਰ ਝਟਕਾ। ਸੋ ਇਹ ਝਟਕੇ ਦੇ ਝਟਕੇ ਜਿਹੜੇ ਮਹਿੰਗਾਈ ਦੇ ਵੱਜ ਰਹੇ ਨੇ, ਦੂਜੇ ਪਾਸੇ ਤਨਖਾਹਾਂ ਘਟਾ ਰਹੇ ਨੇ, 45,000 ਤੋਂ 15,000 ਕਰ ਰਹੇ ਟੀਚਰਾਂ ਦੀਆਂ ਤਨਖਾਹਾਂ। ਜੇ ਟੀਚਰ ਨੂੰ ਇਹ ਫਿਕਰ ਲੱਗਿਆ ਰਹੂਗਾ ਕਿ ਮੈਂ ਆਪਣਾ ਸਾਈਡ ਬਿਜ਼ਨਸ ਕਿਹੜਾ ਕਰਾਂ, ਮੇਰਾ ਘਰ ਨਹੀਂ ਗੁਜ਼ਾਰਾ ਚੱਲਦਾ, ਉਹ ਪੜ੍ਹਾਊਗਾ ਕਿਵੇਂ ਕੰਸਨਟ੍ਰੇਸ਼ਨ ਨਾਲ? ਦਿੱਲੀ ਦੇ ਵਿੱਚ ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਦੇ ਮੁੱਖ ਮੰਤਰੀ ਬਣੇ ਨੇ, ਉਸ ਵੇਲੇ 17,000 ਤਨਖਾਹ ਸੀ ਗੈਸਟ ਟੀਚਰ ਦੀ, ਅੱਜ 34,000 ਰੁਪਈਆ ਜੀ। ਦਿੱਲੀ ਦੇ ਵਿੱਚ ਮਿਨੀਮਮ ਵੇਜ 15,000 ਰੁਪਈਆ ਕਰਤਾ, ਉਹ ਤੋਂ ਘੱਟ ਨਹੀਂ ਦੇ ਸਕਦਾ ਕੋਈ। ਸੋ ਕੋਈ ਨਾ ਕੋਈ ਤਾਂ ਇੱਥੇ ਕੋਈ ਸਕੀਮ ਬਣਾਓ, ਨਾ ਐਗਰੀਕਲਚਰ ਪੋਲਿਸੀ ਹੈ, ਨਾ ਇਹਨਾਂ ਦੀ ਕੋਈ ਇੰਡਸਟਰੀਅਲ ਪੋਲਿਸੀ ਹੈ, ਨਾ ਐਜੂਕੇਸ਼ਨ ਦੀ ਕੋਈ ਪੋਲਿਸੀ ਹੈ,
ਸਕੂਲ ਵੇਚਤੇ, ਹੁਣ ਕਹਿੰਦੇ ਹਸਪਤਾਲ ਵੇਚ ਦਿਓ, ਸੜਕਾਂ ਪਹਿਲੀਆਂ ਵੇਚਤੀਆਂ। ਸੋ ਕੋਈ ਵੀ ਇਸ ਤਰ੍ਹਾਂ ਦੀ ਕੋਈ ਪੋਲਿਸੀ ਨਹੀਂ ਜਿਹੜੀ ਮੁੱਖ ਇਹ ਇਹਨਾਂ ਦੇ ਮਿਨਿਸਟਰ ਸਾਹਿਬ ਕਹਿੰਦੇ ਨੇ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਤਾਂ ਨਹੀਂ ਬਾਹਰ ਨਿਕਲਦੇ ਕਿਉਂਕਿ ਬਹੁਤ ਵੱਡੀਆਂ ਵੱਡੀਆਂ ਪਲੈਨਿੰਗਾਂ ਬਣਾਉਂਦੇ ਰਹਿੰਦੇ ਨੇ ਉਹ। ਕਿੱਥੇ ਪਲੈਨਿੰਗਾਂ ਉਹ ਕਦੋਂ ਸਾਹਮਣੇ ਆਉਣਗੀਆਂ? 2 ਸਾਲ ਤਾਂ ਹੋ ਗਏ ਹੁਣ, ਹੁਣ ਵੋਟਾਂ ਤੋਂ ਪਹਿਲਾਂ ਸ਼ਾਇਦ ਕੁਛ ਕਰ ਦੇਣ। ਜਦੋਂ ਬੁਢਾਪਾ ਪੈਨਸ਼ਨ ਜਿਹੜੀ ਹੈ, ਜਦੋਂ ਬਾਈ ਇਲੈਕਸ਼ਨ ਹੋਈ ਸੀ ਗੁਰਦਾਸਪੁਰ ਦੀ, ਗੁਰਦਾਸਪੁਰ ਦੇ ਸਾਰੇ ਇਲਾਕੇ 'ਚ ਬੁਢਾਪਾ ਪੈਨਸ਼ਨ ਦਿੱਤੀ ਸੀ। ਜਦੋਂ ਬਾਈ ਇਲੈਕਸ਼ਨ ਹੋਈ ਸ਼ਾਹਕੋਟ ਦੀ, ਨਕੋਦਰ ਦੇ ਵਿੱਚ ਇਹਨਾਂ ਨੇ ਕਰਜ਼ਾ ਮਾਫੀ ਦਾ ਜਿਹੜਾ ਫੰਕਸ਼ਨ ਰੱਖਿਆ। ਸੋ ਹੁਣ ਸਾਰੇ ਪੰਜਾਬ 'ਚ ਇਲੈਕਸ਼ਨਾਂ ਹੋਣਗੀਆਂ, ਸ਼ਾਇਦ ਕੋਈ ਨਾ ਕੋਈ ਲੋਲੀਪੋਪ ਇਲੈਕਸ਼ਨਾਂ ਦਾ ਦੇਣਗੇ। ਵੈਸੇ ਜਿਹੜਾ ਬਜਟ ਹੈ ਸਰਕਾਰ ਦਾ, ਸੈਂਟਰ ਸਰਕਾਰ ਦਾ, ਉਹਨਾਂ ਨੇ ਤਾਂ ਇੱਕ ਮਜ਼ਾਕ ਕੀਤਾ ਹੀ ਹੈ ਪਹਿਲਾਂ ਹੀ ਕਿਸਾਨਾਂ ਨਾਲ, 6,000 ਰੁਪਈਆ 1 ਸਾਲ ਦਾ ਖਾਤੇ 'ਚ ਆਇਆ ਕਰੂ, ਯਾਨੀ ਕਿ 500 ਰੁਪਈਆ ਮਹੀਨਾ, ਯਾਨੀ ਕਿ 16.5 ਰੁਪਈਏ 1 ਦਿਨ ਦੇ। ਜੇ 4 ਜਾਂ 5 ਜੀ ਨੇ 3.25 ਰੁਪਈਏ ਪਰ ਹੈੱਡ ਆਉਣਗੇ। 3.25 ਰੁਪਈਆਂ ਨਾਲ ਕਿਹੜੀ ਗਰੀਬੀ ਚੱਕ ਰਿਹਾ ਸਾਡੀ? ਉਹ ਨਾ ਕੋਈ ਉਹ 'ਚ ਬੇਰੁਜ਼ਗਾਰੀ ਦੀ ਗੱਲ ਕੀਤੀ ਗਈ ਹੈ, ਨਾ ਕੋਈ ਦਲਿਤਾਂ ਗਰੀਬਾਂ ਦੀ ਗੱਲ ਕੀਤੀ ਗਈ ਹੈ। ਸੋ ਲੋਕਾਂ 'ਤੇ ਟੈਕਸ ਲੱਗ ਰਹੇ ਨੇ, ਆਪਣੀਆਂ ਕੈਮਰੀਆਂ, ਆਪਣੇ ਹੈਲੀਕਾਪਟਰ ਜਾਂ ਆਪਣੀਆਂ ਤਨਖਾਹਾਂ ਵਧਾਉਣ ਵੇਲੇ ਉਹ ਪਤਾ ਨਹੀਂ ਕਿਹੜੇ ਖਜ਼ਾਨੇ 'ਚੋਂ ਪੈਸੇ ਆ ਜਾਂਦੇ ਨੇ। ਸੋ ਮੈਂ ਅੱਜ ਇਹ ਲੈਟਰ ਲਿਖ ਰਿਹਾ 20 ਦਿਨ ਦਾ ਉਹਨਾਂ ਨੂੰ ਅਲਟੀਮੇਟਮ ਹੈ, ਕੈਪਟਨ ਸਾਹਿਬ ਨੂੰ, ਮੁੱਖ ਮੰਤਰੀ ਪੰਜਾਬ ਨੂੰ, ਕਿ ਬਿਜਲੀ ਦੇ ਬਿੱਲਾਂ 'ਤੇ ਫੌਰੀ ਰਾਹਤ ਦਿਓ, ਨਹੀਂ ਤਾਂ ਅਸੀਂ ਇੱਕ ਬਹੁਤ ਵੱਡੇ ਅੰਦੋਲਨ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਿਜਲੀ ਦੇ ਬਿੱਲ ਜਿਹੜੇ ਨੇ ਸਸਤੇ ਕਰਾਉਣ ਵਾਸਤੇ ਆਮ ਲੋਕਾਂ ਦੀ, ਗਰੀਬ ਲੋਕਾਂ ਦੀ ਲੜਾਈ ਲੜੂਗੀ ਜੀ। ਹੈ ਜੀ, ਨਹੀਂ ਅਸੀਂ ਕਰ ਰਹੇ ਜੀ ਪਰਸੋਂ ਤੋਂ ਮੁਹਿੰਮ ਸ਼ੁਰੂ, ਕੁਲੈਕਸ਼ਨ ਕਰਾਂਗੇ ਜੀ ਸਾਰੇ ਇਲਾਕਿਆਂ ਦੀ ਬਿੱਲਾਂ ਦੀ। ਨਹੀਂ ਇਸ ਵਕਤ ਨਹੀਂ, ਅਸੀਂ ਦਿੱਲੀ ਵਾਲੇ ਭੇਜ ਦਾਂਗੇ ਤੁਹਾਨੂੰ, ਦਿੱਲੀ ਵਾਲੇ ਅਤੇ ਇਹ ਕੰਪੇਅਰ ਕਰਾਂਗੇ। ਮੈਂ ਕੱਲ੍ਹ ਨੂੰ, ਅੱਜ ਦਿੱਲੀ ਜਾ ਰਿਹਾ, ਕੱਲ੍ਹ ਤੋਂ ਮੈਂ ਉਹਨਾਂ ਨੂੰ ਦਿੱਲੀ ਦੇ ਬਿੱਲ ਲੈ ਕੇ ਆਊਂਗਾ, ਉਹਨਾਂ ਦੇ ਪਰ ਯੂਨਿਟ ਕਿੰਨੇ ਨੇ, ਅਤੇ ਜੇ 400 ਯੂਨਿਟ ਖਪਤ ਹੁੰਦੀ ਹੈ ਤਾਂ ਕਿੰਨਾ, 800 ਯੂਨਿਟ ਦਾ ਕਿੰਨਾ, ਫਿਰ ਇੱਥੇ ਵਾਲੇ ਜਿਹੜੇ ਪਿੰਡਾਂ ਜਾ ਕੇ ਅਸੀਂ ਕਲੈਕਟ ਕਰਾਂਗੇ ਉਹਨਾਂ ਦਾ ਯੂਨਿਟ ਵਾਈਜ਼ ਅਸੀਂ ਕੰਪੇਅਰ ਕਰਾਂਗੇ। ਨਹੀਂ ਨਹੀਂ, ਬਿੱਲ ਗਲਤ ਨਹੀਂ ਆ ਰਹੇ ਜੀ, ਰੇਟ ਹੀ ਇੰਨਾ, ਰੇਟ ਜ਼ਿਆਦਾ, ਉਹ 'ਚ ਕਾਓਸੈਸ ਹੈ, ਉਹ 'ਚ ਹੋਰ ਪਤਾ ਨਹੀਂ ਕਿਹੜੇ ਕਿਹੜੇ ਟੈਕਸ ਲੱਗੇ ਹੋਏ ਨੇ। ਆਮ ਤੌਰ 'ਤੇ ਬਾਦਲ ਸਾਹਿਬ 10 ਸਾਲ ਕਹਿੰਦੇ ਰਹੇ ਕਿ ਚੁੰਗੀ ਪੰਜਾਬ 'ਚੋਂ ਜਿਹੜੀ ਇਹ ਖਤਮ ਕਰਤੀ, ਪਰ ਬਿਜਲੀ ਦੇ ਬਿੱਲਾਂ 'ਚ ਚੁੰਗੀ ਲੱਗ ਕੇ ਆਉਂਦੀ ਹੈ। ਕਾਓਸੈਸ ਵੀ ਇਹਦੇ ਵਿੱਚ ਹੀ ਹੈ ਜੀ, ਸਾਰਾ ਕੁਛ ਹੀ ਹੈ। ਨਹੀਂ ਨਹੀਂ, ਆ ਹੁਣ ਫਿਰ ਪਿੱਛੇ 'ਚ ਵਧਾਏ ਨੇ ਜੀ। ਇਸ ਵਕਤ ਬਿਜਲੀ ਦੇ ਬਿੱਲ ਜਿਹੜੇ ਨੇ ਗਰੀਬਾਂ ਨੂੰ, ਜਿਹੜੇ 2-2, 3-3 ਮਹੀਨੇ ਬਾਅਦ ਆਉਂਦੇ ਨੇ, ਉਹ ਤਾਂ ਮਤਲਬ 7-7, 8-8 ਹਜ਼ਾਰ, 8500 ਦਾ ਬਿੱਲ। ਕੱਲ੍ਹ ਇੱਕ ਬਜ਼ੁਰਗ ਔਰਤ ਜਿਹੜੀ ਕਹਿੰਦੀ ਮੇਰੇ ਘਰ ਤਾਂ ਹੋਰ ਕੋਈ ਕਮਾਉਣ ਵਾਲਾ ਵੀ ਨਹੀਂ ਹੈਗਾ, ਮੈਂ ਹੀ ਹਾਂ, ਮੈਂ ਅੱਖਾਂ ਤੋਂ ਮੈਨੂੰ ਦਿਸਦਾ ਨਹੀਂ, ਮੈਂ ਕਿੱਥੋਂ ਭਰੂੰਗੀ 8500 ਰੁਪਈਆ? ਇੱਕ ਬੱਲਬ ਜਾਂ ਇੱਕ ਪੱਖੇ ਵਾਲੇ ਦੇ ਬਿੱਲ ਆ ਰਹੇ ਨੇ। ਹਾਂਜੀ ਬਿਲਕੁਲ, ਉਹਦੇ ਨਾਲ ਸਲੈਬ ਚੇਂਜ ਹੋ ਜਾਂਦੀ ਹੈ, 2 ਮਹੀਨੇ ਬਾਅਦ ਕਿਉਂ ਕਰਦੇ ਹੋ ਜੀ ਤੁਸੀਂ? ਇਹ ਕੁਐਸਚਨ ਲਾਇਆ ਵੀ ਹੋਇਆ ਬੁਧਰਾਮ ਜੀ ਨੇ ਇਹ ਵਿਧਾਨ ਸਭਾ ਦੇ ਵਿੱਚ। ਦੇਖੋ ਜੀ, ਸਾਡੇ ਵੱਲੋਂ ਮੈਂ ਪਹਿਲਾਂ ਵੀ ਉਹੀ ਗੱਲ ਕਹੀ ਸੀ, ਉਹੀ ਸੇਮ ਉਹੀ ਫਿਲਹਾਲ ਸਟੇਟਸ ਹੈ ਕਿ BSP ਨਾਲ ਔਰ ਟਕਸਾਲੀ ਅਕਾਲੀ ਦਲ ਨਾਲ ਗੱਲ ਚੱਲ ਰਹੀ ਹੈ, ਔਰ ਹਜੇ ਇਹਦਾ ਕੋਈ ਫਾਈਨਲ ਨਹੀਂ ਹੋਇਆ ਕੁਛ, ਅਜੇ ਹੋਇਆ ਤਾਂ ਤੁਹਾਨੂੰ ਇਮੀਡੀਏਟਲੀ ਤੁਹਾਨੂੰ ਦੱਸਿਆ ਜਾਊਗਾ ਸਭ ਤੋਂ ਪਹਿਲਾਂ ਤੁਹਾਡੇ ਰਾਹੀਂ। ਨਹੀਂ ਜੀ, ਕੋਈ ਆਫੀਸ਼ੀਅਲ ਸਾਡੀ ਕੋਈ ਮੀਟਿੰਗ ਉਹਨਾਂ ਨਾਲ ਨਹੀਂ ਹੋ ਰਹੀ। ਅੱਜ ਖਹਿਰਾ ਸਾਹਿਬ ਨੇ ਗਲਤੀ ਮੰਨ ਲਈ ਹੈ ਵੀ ਜਦੋਂ ਛੋਟੇਪੁਰ ਸਾਹਿਬ ਨੂੰ ਕੱਢਣਾ ਸਹੀ ਤੇ ਉਹ ਜਿਹੜੀ ਇੱਕ ਲੈਟਰ ਦੇ ਮੈਂ ਦਸਤਖਤ ਕੀਤੇ, ਮੈਂ ਬਹੁਤ ਵੱਡੀ ਗਲਤੀ ਕੀਤੀ।
ਨਹੀਂ ਇਸ ਤਰ੍ਹਾਂ ਸਾਡੇ ਤਾਂ ਜੀ ਉਹ ਇਸ ਤਰ੍ਹਾਂ ਦਾ ਹੁਣ ਕੋਈ ਚੈਪਟਰ ਇਸ ਤਰ੍ਹਾਂ ਦਾ ਨਹੀਂ ਚੱਲਦਾ। ਉਸ ਤੋਂ ਬਾਅਦ ਤਾਂ ਅਸੀਂ ਇਲੈਕਸ਼ਨਾਂ ਕਿੰਨੀਆਂ ਲੜ ਚੁੱਕੇ ਹਾਂ ਹੁਣ ਪਾਰਟੀ, ਉਹ ਤਾਂ ਪਾਸਟ ਹੋ ਗਿਆ ਜੀ ਹੁਣ, ਠੀਕ ਹੈ ਨਾ। ਅਤੇ ਉਹਨਾਂ ਨੇ ਆਪਣੀ ਪਾਰਟੀ ਬਣਾ ਲਈ, ਉਹ ਪਾਰਟੀ ਬਣਾ ਕੇ ਲੜੇ ਨੇ। ਖਹਿਰਾ ਸਾਹਿਬ ਨੇ ਵੀ ਆਪਣੀ ਪਾਰਟੀ ਬਣਾ ਲਈ, ਉਹ ਵੀ ਲੜਨ, ਸ਼ੁਭਕਾਮਨਾਵਾਂ ਦੇਵਾਂਗੇ। ਕੋਈ ਗੱਲ ਨਹੀਂ, ਚਾਹੇ ਨਹੀਂ ਜੀ, ਕੋਈ ਇੱਦਾਂ ਦੀ ਗੱਲ ਨਹੀਂ ਸਾਡੇ ਲਈ, ਕੋਈ ਇੱਦਾਂ ਦਾ, ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ, ਤਿੰਨ ਚਾਰ ਮੀਟਿੰਗਾਂ ਹਰਪਾਲ ਚੀਮਾ ਜੀ ਦੀਆਂ ਬੀ ਐੱਸ ਪੀ ਦੇ ਲੀਡਰ ਨਾਲ ਹੋ ਗਈਆਂ, ਦੋ 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 ਮੀਟਿੰਗਾਂ ਮੇਰੀਆਂ ਹੋ ਗਈਆਂ ਟਕਸਾਲੀ ਅਕਾਲੀ ਦਲ ਨਾਲ। ਕੋਈ ਇੱਦਾਂ ਦੀ ਗੱਲ, ਕੋਈ ਸਾਡੀ ਉਹਨਾਂ ਨਾਲ ਕੋਈ ਸਾਡੀ ਖੈਰੇ ਨਾਲ ਦੌੜ ਨਹੀਂ ਲੱਗੀ ਹੋਈ ਵੀ ਉਹ ਪਹਿਲਾਂ ਪਹੁੰਚੂਗਾ ਤਾਂ ਜਾਂ ਮੈਂ ਮਗਰੋਂ ਪਹੁੰਚੂਗਾ, ਇਹਦਾ ਕੋਈ ਗੱਲ ਨਹੀਂ ਹੈ ਜੀ। ਹੈ ਜੀ, ਉਹ ਤਾਂ ਅਨਆਫੀਸ਼ੀਅਲ ਸੀ, ਉਹ ਤਾਂ ਵੈਸੇ ਮਿਲ ਗਿਆ ਸੀ, ਇਹ ਗਏ ਸੀ ਮੈਂ ਗਿਆ। ਉਦੋਂ ਕਾਫੀ ਮਹੀਨਾ ਹੋ ਗਿਆ ਗੱਲਬਾਤ ਹੋਈ ਸੀ, ਨਹੀਂ ਨਹੀਂ ਜੀ ਕੋਈ ਇਸ ਤਰ੍ਹਾਂ ਉਹਨਾਂ ਨੇ ਆਪਣੀ ਪਾਰਟੀ ਬਣਾ ਰੱਖੀ ਹੈ ਜੀ, ਉਹਨਾਂ ਅਲੱਗ ਏ ਪੀ ਪੀ ਆ ਉਹਨਾਂ ਦੀ ਪਾਰਟੀ ਦਾ ਨਾਮ, ਆਪਣਾ ਪੰਜਾਬ ਪਾਰਟੀ। ਸੋ ਕੋਈ ਇੱਦਾਂ ਦਾ ਸਾਡਾ ਕਿਸੇ ਨਾਲ ਕੰਪੀਟੀਸ਼ਨ ਨਹੀਂ ਕਿ ਕੋਈ ਪਹਿਲਾਂ ਪਹੁੰਚਦਾ ਜਾਂ ਮਗਰੋਂ ਪਹੁੰਚਦਾ। ਦੇਖੋ ਜੀ, ਸੰਗਰੂਰ ਸੀਟ 'ਤੇ ਤਾਂ ਮੈਂ ਤਾਂ ਰੋਜ਼ ਨਵੀਂ ਸੁਣਦਾ ਦਾਅਵੇਦਾਰੀ, ਕੱਲ੍ਹ ਮੈਨੂੰ ਕਿਸੇ ਹੋਰ ਨੇ ਭੇਜਿਆ ਸੀ ਭਰੋਸੇਯੋਗ ਸੂਤਰ, ਉਹ ਜਿਹੜੇ ਤੁਹਾਡੇ ਹੁੰਦੇ ਨੇ, ਮਿਲਿਆ ਨਹੀਂ ਹਜੇ ਤੱਕ ਕੋਈ ਬੰਦਾ। ਉਹ ਕਹਿੰਦੇ ਵੀ ਸ਼ਾਇਦ ਸੁਖਬੀਰ ਬਾਦਲ ਵੀ ਆ ਸਕਦਾ ਕਾਂਗਰਸ ਨਾਲ ਸਮਝੌਤਾ ਕਰਕੇ। ਤੁਸੀਂ ਕੇਵਲ ਢਿੱਲੋਂ ਜੀ ਨਾਲ ਗੱਲ ਕਰੀ ਜਾਂਦੇ ਸੀ ਯਾਦਵਿੰਦਰ ਜੀ, ਉਹ ਕਹਿੰਦੇ ਸੀ ਮੈਂ ਵੀ ਦਾਅਵੇਦਾਰ ਹਾਂ, ਅਤੇ ਕਾਂਗਰਸ ਤੋਂ ਵੱਲੋਂ ਤਾਂ ਕਾਫੀ ਦਾਅਵੇਦਾਰ ਨੇ, ਅਤੇ ਜਿਹੜਾ ਵੀ ਆਊਗਾ ਸੁਰਜੀਤ ਧੀਮਾਨ ਦਾ ਬੇਟਾ, ਉਹ ਵੀ ਦਾਅਵੇਦਾਰੀਆਂ 'ਚ ਹੈ। ਸੋ ਇਹ ਤਾਂ ਉਹਨਾਂ ਪਾਰਟੀਆਂ ਨੇ ਦੇਖਣਾ ਕਿ ਸੰਗਰੂਰ ਤੋਂ ਕਿਹਨੂੰ ਲੜਨਾ ਹੈ ਜੀ। ਅੱਛਾ, ਜੇ ਇੱਕ ਵਾਰੀ ਹਰਾ ਤਾਂ ਸਾਰੀ ਉਮਰ ਹਰਾਉਂਦੇ ਰਹਿੰਦੇ ਨੇ ਫਿਰ ਉਹ, ਅਤੇ ਫਿਰ ਭੱਠਲ ਨੂੰ ਵੀ ਤਾਂ ਹਰਾਇਆ ਹੋਇਆ ਢੀਂਡਸੇ ਨੇ, ਇਹ ਤਾਂ ਮਤਲਬ ਥੋੜ੍ਹੀ ਅੱਗੇ ਢੀਂਡਸਾ ਕਹਿੰਦੇ ਮੈਂ ਭੱਠਲ ਨੂੰ ਹਰਾਇਆ ਹੁਣ ਮੈਨੂੰ ਦੇ ਦਿਉ, ਠੀਕ ਹੈ ਨਾ। ਸੋ ਇੱਦਾਂ ਦਾ ਗੱਲ ਨਹੀਂ, ਪਰ ਇਹਨਾਂ ਪਾਰਟੀਆਂ ਵੱਲੋਂ ਜਿਹੜਾ ਵੀ ਆਊਗਾ ਮੇਰਾ, ਮੈਂ ਤਾਂ ਕਹਿੰਦਾ ਮੇਰਾ ਕੰਪੀਟੀਸ਼ਨ, ਮੈਂ ਤਾਂ ਜੀ ਆਹੀ ਜਿਹੜੀਆਂ ਕਿਸਾਨੀ ਦੀ ਦੁਰਦਸ਼ਾ ਨਾਲ ਹੈ, ਮੇਰਾ ਕੰਪੀਟੀਸ਼ਨ ਬੇਰੁਜ਼ਗਾਰੀ ਨਾਲ ਹੈ, ਮਹਿੰਗਾਈ ਨਾਲ ਹੈ, ਮੇਰਾ ਕੰਪੀਟੀਸ਼ਨ ਆ ਮਾਫੀਏ ਨਾਲ ਹੈ, ਠੀਕ ਹੈ ਨਾ। ਮੇਰਾ ਕੰਪੀਟੀਸ਼ਨ ਆ ਗਰੀਬਾਂ ਦੀਆਂ ਜਿਹੜੀਆਂ ਸਕੀਮਾਂ ਨੇ, ਜਿਹੜੀਆਂ ਰਸਤੇ 'ਚ ਦਮ ਤੋੜਦੀਆਂ, ਉਹਨਾਂ ਨਾਲ ਹੈ। ਮੈਂ ਆਪਣਾ ਰਿਪੋਰਟ ਕਾਰਡ ਲੈ ਕੇ ਜਾਊਂਗਾ 5 ਸਾਲ ਦਾ ਪਾਰਲੀਮੈਂਟ ਦੇ ਵਿੱਚ, ਜੋ ਮੈਂ ਮੁੱਦੇ ਉਠਾਏ ਨੇ ਐੱਮ ਪੀ ਲੈਡਸ ਨਾਲ, ਜੋ ਮੈਂ ਡਿਵੈਲਪਮੈਂਟ ਦੇ ਕੰਮ ਕੀਤੇ ਨੇ, ਮੈਂ ਪਾਰਲੀਮੈਂਟ ਦੇ ਮੁੱਦੇ, ਜਿਹੜੇ ਪਾਰਲੀਮੈਂਟ ਦੇ ਐੱਮ ਪੀ ਲੈਡਸ ਦੇ ਮੁੱਦੇ, ਮੈਂ ਰਿਪੋਰਟ ਕਾਰਡ ਆਪਣਾ ਸੰਗਰੂਰ ਦੇ ਲੋਕਾਂ ਕੋਲ ਰੱਖੂੰਗਾ। ਮੈਂ ਹਰ ਰੋਜ਼ ਜਾਂਦਾ ਪਿੰਡਾਂ 'ਚ, ਮੈਂ ਕੱਲ੍ਹ ਵੀ 7 ਪਿੰਡਾਂ ਜਾ ਕੇ ਆਇਆ, ਕੱਲ੍ਹ ਨੂੰ ਵੀ ਪਰਸੋਂ ਨੂੰ ਵੀ ਆ ਸੈਸ਼ਨ ਕਰਕੇ ਮੈਂ ਥੋੜ੍ਹਾ ਜਿਹਾ ਦਿੱਲੀ ਜਾਣਾ ਪੈਣਾ, ਮੈਂ ਪਿੰਡਾਂ 'ਚ ਹੀ ਹੁੰਦਾ। ਸੋ ਪਿੰਡਾਂ ਦੀ ਆਵਾਜ਼ ਜਿਹੜੀ ਆ ਬਹੁਤ ਪੋਜ਼ਿਟਿਵ ਹੈ, ਔਰ ਉਹ ਪਿੰਡਾਂ ਵਾਲੇ ਤਾਂ ਇੱਕ, ਕਿਉਂਕਿ ਜਿਹੜੇ ਮਾਲਵੇ ਵਾਲੇ ਨੇ ਉਹ ਮੂੰਹ 'ਤੇ ਦੱਸ ਦਿੰਦੇ ਆ ਸਿੱਧਾ ਹੀ, ਉਹ ਪਿਛਲੀ ਵਾਰ ਵਾਂਗੂ ਕਹਿਣ ਲੱਗ ਗਏ, ਕਹਿੰਦੇ ਪਰਵਾਹ ਨਾ ਕਰੀ ਚੱਕ ਦਿਆਂਗੇ ਫੱਟੇ, ਬਸ ਪਹਿਲਾਂ ਨਾਲੋਂ ਵੱਧ ਰਿਕਾਰਡ ਤੋੜਾਂਗੇ, ਇਹ ਉਹ ਲੋਕ ਕਹਿੰਦੇ ਨੇ, ਮੈਂ ਨਹੀਂ ਕਹਿੰਦਾ। ਸੋ ਪਬਲਿਕ ਲੜੂਗੀ, ਮੇਰੇ ਵਾਸਤੇ ਪਹਿਲਾਂ ਵੀ ਪਬਲਿਕ ਲੜੀ ਸੀ, ਜਦੋਂ ਲੋਕ ਲੜਦੇ ਨੇ। ਹੁਣ ਮੁੰਡਿਆਂ ਦੇ ਮੈਨੂੰ ਫੋਨ ਆਉਣ ਲੱਗ ਗਏ ਨੌਜਵਾਨ ਮੁੰਡਿਆਂ ਦੇ, ਕਹਿੰਦੇ ਜੀ ਮੋਟਰ 'ਤੇ ਬੈਠੇ ਹਾਂ, ਮੋਟਰਸਾਈਕਲ ਧੋਈ ਜਾਂਦੇ ਹਾਂ, ਅਤੇ ਇਹ 'ਤੇ ਝੰਡੀਆਂ ਲਾ ਕੇ ਬਸ ਤਿਆਰ ਹਾਂ ਜੀ ਕਾਫਲੇ ਬਣਾਉਣ ਵਾਸਤੇ। ਸੋ ਪਬਲਿਕ ਹੈ, ਪਬਲਿਕ ਸਭ ਤੋਂ ਵੱਡੀ ਹੈ। ਉਹਨਾਂ ਨੂੰ ਮੇਰੇ ਕੰਮ ਚੰਗੇ ਲੱਗਣਗੇ ਤਾਂ ਮੈਨੂੰ ਦੁਬਾਰਾ ਚੁਣ ਕੇ ਭੇਜ ਦੇਣਗੇ, ਜੇ ਉਹਨਾਂ ਨੂੰ ਕੋਈ ਮੇਰੇ 'ਚ ਕਮੀ ਲੱਗੂਗੀ ਤਾਂ ਛੱਡ ਦੇਣਗੇ। ਹੈ ਜੀ, ਉਹ ਤਾਂ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ। ਹੁਣ
ਨਹੀਂ ਪ੍ਰਸ਼ੰਸਕਾਂ ਤਾਂ ਆਉਂਦੇ ਰਹਿੰਦੇ ਨੇ ਸਾਰੀ ਰਾਤ ਆਉਂਦੇ ਰਹਿੰਦੇ ਜੀ। ਅਮਿਤ ਸ਼ਾਹ ਔਰ ਮੋਦੀ ਜੀ ਬਹੁਤ ਸਾਰੀ ਰੈਲੀਆਂ ਆਉਣ ਵਾਲੇ ਟਾਈਮ ਮੇਂ ਸ਼ੈਡਿਊਲ ਹੋ ਰਹੀ ਹੈ ਕੁਰੂਕਸ਼ੇਤਰ ਮੇਂ, ਚੰਡੀਗੜ੍ਹ ਮੇਂ, ਹਰਿਆਣਾ, ਪੰਜਾਬ ਮੇਂ, ਤੋ ਅਬ ਆਪ ਲੋਗੋਂ ਕਾ ਸ਼ੈਡਿਊਲ ਕਬ ਸੇ ਤਿਆਰ ਹੋਗਾ ਕੇਜਰੀਵਾਲ ਜੀ ਕੋ ਔਰ ਇਨ ਬੜੇ ਨੇਤਾਓਂ ਕੋ ਲਾਨੇ ਕਾ? ਨਹੀਂ ਜਾ ਰਹੇ ਹਾਂ ਜੀ ਅਸੀਂ ਵੀ, ਖੈਰ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜੀ ਪਿਛਲੇ 4.5 ਸਾਲ ਤੋਂ ਰੈਲੀਆਂ ਕਰ ਰਹੇ, ਹੋਰ ਤਾਂ ਕੁਛ ਕੀਤਾ ਨਹੀਂ ਉਹਨਾਂ ਨੇ। ਸੋ ਉਹ ਤਾਂ ਪ੍ਰਧਾਨ ਮੰਤਰੀ ਨੂੰ ਉਦੋਂ ਦੇ ਇਲੈਕਸ਼ਨ ਮੋਡ 'ਚ ਲਈ ਫਿਰਦੇ ਨੇ, ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਬਰਨਾਲਾ 'ਚ ਰੈਲੀ ਹੋ ਗਈ, ਹੁਣ ਇੱਕ ਮਾਝਾ ਅਤੇ ਇੱਕ ਦੁਆਬਾ ਦੀ ਰੈਲੀ ਹੋਊਗੀ, ਅਤੇ ਹਰਿਆਣੇ ਦੇ ਵਿੱਚ ਵੀ ਰੈਲੀਆਂ ਚੱਲਣਗੀਆਂ। ਸੋ ਨਾਲ ਨਾਲ ਜਿੱਥੇ ਵੀ ਪਾਰਟੀ ਜਾਊਗੀ ਉੱਥੇ ਵੱਡੇ ਲੀਡਰ ਸਾਡੇ ਜਾਣਗੇ। ਦੇਖੋ ਫੈਡਰਲ ਸਟਰਕਚਰ ਵਾਸਤੇ ਬਹੁਤ ਖਤਰਾ ਹੈ ਜੀ, ਜਿੱਥੇ ਜਿੱਥੇ ਨੌਨ ਬੀਜੇਪੀ ਗੌਰਮੈਂਟ ਹੈ ਉੱਥੇ ਉੱਥੇ CBI ਜਾਂਦੀ ਹੈ। ਦਿੱਲੀ ਦੇ ਚੁਣੇ ਹੋਏ ਮੁੱਖ ਮੰਤਰੀ ਦੇ ਦਫ਼ਤਰ 'ਤੇ CBI ਛਾਪਾ ਮਾਰਦੀ ਹੈ, ਗੁਪਤ ਜਿਹੜੇ ਕੈਬਨਿਟ ਦੇ ਰਜਿਸਟਰ ਨੇ ਉਹ ਚੱਕ ਕੇ ਲੈ ਜਾਂਦੀ ਹੈ। ਦਿੱਲੀ ਦੇ ਮੁੱਖ ਮੰਤਰੀ ਦੇ ਘਰੇ ਕੋਈ ਵੀ ਜਾ ਕੇ ਇੰਸਪੈਕਟਰ ਤਲਾਸ਼ੀ ਲੈਣ ਲੱਗ ਜਾਂਦਾ। ਅਰੁਣਾਚਲ ਪ੍ਰਦੇਸ਼ 'ਚ ਇਹੀ ਹੋਇਆ, ਹਿਮਾਚਲ 'ਚ ਇਹੀ ਹੋਇਆ, ਬੰਗਾਲ 'ਚ ਇਹੀ ਕਰ ਰਹੇ ਨੇ। ਸੋ ਇੱਥੋਂ ਇਹ ਸਿੱਧ ਹੁੰਦਾ ਕਿ ਇਹ ਜਿਹੜੇ BJP ਵਾਲੇ ਖੁਦ ਕਹਿੰਦੇ ਹੁੰਦੇ ਸੀਗੇ ਕਿ ਜਿਹੜੀ CBI ਹੈ ਪਿੰਜਰੇ ਦਾ ਤੋਤਾ ਹੈ, ਉਹ ਤੋਤਾ ਜਿਹੜਾ ਹੁਣ ਇਹ ਪਾਲ ਰਹੇ ਨੇ। ਸੋ ਇਹ ਤਾਂ ਹੁਣ ਸੁਪਰੀਮ ਕੋਰਟ ਨੇ ਵੀ ਕਹਿਤਾ, ਪਾਬੰਦੀ ਲਾਤੀ ਉਹਦੀ ਪੁਲਿਸ ਕਮਿਸ਼ਨਰ ਦੀ ਅਰੈਸਟ 'ਤੇ। ਸੋ ਇੱਥੋਂ ਇਹ ਸਿੱਧ ਹੁੰਦਾ ਕਿ ਗੁੰਡਾਗਰਦੀ ਨਾਲ ਕੰਮ ਕਰਨਾ ਚਾਹੁੰਦੇ ਨੇ। ਕੋਈ ਵੀ ਸੰਵਿਧਾਨਿਕ ਸੰਸਥਾ ਕੰਸਟੀਟਿਊਸ਼ਨ ਜਿਹੜੀ ਇੰਸਟੀਟਿਊਸ਼ਨ ਇਹਨਾਂ ਨੇ ਕੋਈ ਨਹੀਂ ਛੱਡਿਆ ਜਿੱਥੇ ਲੜਾਈ ਨਾ ਕਰਾਈ ਹੋਵੇ। CBI 'ਚ ਲੜਾਈ ਕਰਾਈ ਇਹਨਾਂ ਨੇ, RBI 'ਚ ਲੜਾਈ ਕਰਾਈ ਇਹਨਾਂ ਨੇ, ਸੁਪਰੀਮ ਕੋਰਟ ਦੇ ਜੱਜਾਂ 'ਚ ਲੜਾਈ ਕਰਾਈ ਇਹਨਾਂ ਨੇ, ਇਲੈਕਸ਼ਨ ਕਮਿਸ਼ਨ ਜਿਹੜਾ ਉਹ ਕਠਪੁਤਲੀ ਬਣਾ ਕੇ ਰੱਖਿਆ ਹੋਇਆ। ਸੋ ਇਹੀ 4-5 ਚੀਜ਼ਾਂ ਸੀ ਜਿਹੜੀਆਂ ਲੋਕਤੰਤਰ ਦਾ ਥੰਮ ਸੀ, ਉਹ ਇਹਨਾਂ ਨੂੰ ਵੀ ਡਿੱਗਣ 'ਤੇ ਲੱਗੇ ਹੋਏ ਨੇ। ਸੋ BJP ਜਿਹੜੀ ਹੈ ਉਹ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ, ਫੈਡਰਲ ਸਟਰਕਚਰ ਵਾਸਤੇ ਇਹਨਾਂ ਦਾ ਜਿਹੜਾ ਇਹਨਾਂ ਦੀ ਜਿਹੜਾ ਏਜੰਡਾ ਹੈ ਉਹ ਬਹੁਤ ਖਤਰਨਾਕ ਹੈ। ਹੈ ਜੀ ਬੇਟਾ ਜੀ, ਦੇਖੋ ਉੱਥੋਂ ਦੀ ਗੌਰਮੈਂਟ ਨੇ ਦੇਖਣਾ ਨਾ ਕਿ ਉਹਨਾਂ ਦੇ ਜਾਣ ਨਾਲ ਕੋਈ ਅਮਨ ਕਾਨੂੰਨ ਦੀ ਸਥਿਤੀ ਨੂੰ ਤਾਂ ਨਹੀਂ ਪੈਦਾ ਹੁੰਦੀ, ਕਿਉਂਕਿ ਤੁਹਾਨੂੂੰ ਪਤਾ BJP ਵਾਲੇ ਅੱਗ ਹੀ ਉਗਲਦੇ ਜਿੱਥੇ ਜਾਂਦੇ ਆ, ਨਫ਼ਰਤ ਦੀ ਰਾਜਨੀਤੀ ਕਰਦੇ ਆ। ਉਹਨਾਂ ਨੂੰ ਲੱਗਿਆ ਹੋਣਾ ਕਿ ਸਾਡੇ ਜੇ ਆਉਣਗੇ ਇਹ ਤਾਂ ਇੱਥੇ ਸਾਡੇ ਭੜਕਾਉਣਗੇ ਹੀ, ਹੋਰ ਕੀ ਕਰਨਗੇ। ਨਹੀਂ ਮੈਂ ਤਾਂ ਇਹ ਕਹਿੰਦਾ ਕਿ ਨਹੀਂ ਇਸ ਤਰ੍ਹਾਂ ਦਾ ਕੁਛ ਨਹੀਂ, ਉਹਨਾਂ ਨੂੰ ਉਹ ਤੰਗ ਹੀ ਇੰਨਾ ਕਰਦੇ ਆ ਜੀ। ਸਾਨੂੰ ਤੁਸੀਂ ਦੇਖ ਲਓ ਦਿੱਲੀ 'ਚ ਕੰਮ ਕਰਨ ਦਿੰਦੇ ਆ, LG ਦੇ ਘਰ ਮੂਹਰੇ 9-9 ਦਿਨ ਧਰਨਾ ਦੇਣਾ ਪੈ ਰਿਹਾ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ। ਕਾਹਦੇ ਵਾਸਤੇ? ਕੋਈ ਆਪਦੇ ਵਾਸਤੇ ਥੋੜ੍ਹੀ ਕਹਿ ਰਿਹਾ ਵੀ ਮੈਨੂੰ ਕੋਈ ਭੱਤਾ ਦਿਓ। ਉਹ ਜਿਹੜਾ ਲੋਕ ਡੋਰ ਟੂ ਡੋਰ ਜਿਹੜੇ ਰਾਸ਼ਨ ਪਹੁੰਚਾਉਣ ਦੀ ਕੰਮ, ਹੋਰ ਜਿਹੜੇ ਸਰਵਿਸਿਜ਼ ਨੇ ਗੌਰਮੈਂਟ ਦੀਆਂ ਉਹ ਪਹੁੰਚਾਉਣ ਖਾਤਰ, ਅਤੇ ਕਦੇ ਮੋਦੀ ਜੀ ਲਾ ਲੈਂਦੇ ਨੇ ਟਿੱਕਾ, ਕਦੇ ਅਫਸਰ ਜਿਹੜੇ ਨੇ ਸਾਈਨ ਕਰਨ ਤੋਂ ਮੁੱਕਰ ਜਾਂਦੇ ਨੇ। ਸੋ ਦਿੱਲੀ ਦੇ ਵਿੱਚ ਇੰਨੀਆਂ ਦੁਸ਼ਵਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਦਿੱਲੀ ਦੇ ਸਕੂਲ, ਹਸਪਤਾਲ, ਪਾਣੀ, ਬਿਜਲੀ, ਜੋ ਕੰਮ ਹੋਇਆ 70 ਸਾਲਾਂ 'ਚ ਕਦੇ ਨਹੀਂ ਹੋਇਆ ਉਹਦੀ। ਅੱਜ ਸਾਨੂੰ ਦਿੱਲੀ ਦੇ ਵਿੱਚ ਇੱਕ ਟੂਰਿਜ਼ਮ ਡਿਪਾਰਟਮੈਂਟ ਨੂੰ ਸਪੈਸ਼ਲ ਬੱਸਾਂ ਦੇਣੀਆਂ ਪੈ ਰਹੀਆਂ ਨੇ, ਜਿਹੜੇ ਲੋਕ ਪੂਰੇ ਕੰਟਰੀ ਤੋਂ ਹਰ ਰੋਜ਼ ਸਕੂਲ, ਮੁਹੱਲਾ ਕਲੀਨਿਕ ਅਤੇ ਹਸਪਤਾਲ ਦੇਖਣ ਆਉਂਦੇ ਨੇ ਕਿ ਕਿਹੋ ਜਿਹੇ ਬਣਾ ਤੇ, ਫੋਰਨ ਤੋਂ ਵੀ ਆਉਂਦੇ ਲੋਕ। ਸੋ ਇੱਕ ਪੂਰਾ ਜਿਵੇਂ ਇਹ ਸਫਾਰੀ ਕਰਾਉਂਦੇ, ਪੂਰੀ ਸਕੂਲ ਸਫਾਰੀ, ਹਸਪਤਾਲ ਸਫਾਰੀ ਕਰਾਉਂਦੇ, ਉੱਥੇ ਬੱਸਾਂ ਸਪੈਸ਼ਲ ਲਾਈਆਂ ਹੋਈਆਂ ਟੂਰਿਜ਼ਮ ਡਿਪਾਰਟਮੈਂਟ ਨੇ। ਬਸ ਅਗਲੇ 10 ਦਿਨਾਂ ਦੇ ਵਿੱਚ ਸਾਰੇ ਸਾਡੇ ਨਾਮ ਜਿਹੜੇ ਨੇ ਉਹ 8 ਨਾਮ ਜਿਹੜੇ ਰਹਿ ਗਏ ਉਹ ਆ ਜਾਣਗੇ ਜੀ। ਉੱਥੇ ਜਾ ਕੇ ਆਏ ਜੀ ਅਸੀਂ,
ਨਹੀਂ ਜੀ, ਸਾਡੀ ਪਾਰਟੀ ਵੱਲੋਂ ਗਏ ਜੀ, ਮੈਂ ਜਾ ਕੇ ਆ ਜੀ, ਪਾਪੂ ਜੀ ਜਾ ਕੇ ਆ, ਐਮਐਲਏ ਸਾਹਿਬਾਂ ਜਾ ਕੇ। ਨੰਬਰ 2, ਸਵਾਮੀਨਾਥਨ ਦੀਆਂ ਰਿਪੋਰਟਾਂ ਜਿਹੜੀਆਂ ਨੇ, ਬੜੀ ਜਲਦੀ ਸਾਡਾ ਡਿਸਕਸ਼ਨ ਹੋ ਗਿਆ ਹਰਿਆਣੇ ਦੇ ਕਿਸਾਨਾਂ ਨਾਲ, ਪੰਜਾਬ 'ਚ ਵੀ ਅਸੀਂ ਗੱਲਬਾਤ ਕਰ ਲਈ ਉਹਨਾਂ ਨਾਲ, ਅਤੇ ਦਿੱਲੀ ਦੇ ਕਿਸਾਨਾਂ ਨਾਲ ਤਾਂ ਹੋ ਹੀ ਗਿਆ ਕਿਉਂਕਿ ਸਾਡੀ ਗੌਰਮੈਂਟ ਦਿੱਲੀ 'ਚ ਹੈ। ਦਿੱਲੀ ਦੇ ਵਿੱਚ ਸਵਾਮੀਨਾਥਨ ਦੀਆਂ ਰਿਪੋਰਟਾਂ ਜਿਹੜੀਆਂ ਲਾਗੂ ਕਰਨ ਜਾ ਰਹੀ ਹੈ ਸਾਡੀ ਗੌਰਮੈਂਟ। ਹੁਣ ਤੁਸੀਂ ਸੋਚੋਗੇ ਕਿ ਇਹ ਤਾਂ ਸਟੇਟ ਗੌਰਮੈਂਟ ਤਾਂ ਕਰ ਹੀ ਨਹੀਂ ਸਕਦੀ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ, ਉਹ ਤਾਂ ਸੈਂਟਰ ਕਰਦੀ ਹੈ। ਉਹਦਾ ਕੀ ਵੇ ਆਊਟ ਕੱਢਿਆ ਕਿ ਜੇ ਫਰਜ਼ ਕਰ ਲਓ ਕਿਸੇ ਫਸਲ ਦਾ ਭਾਅ 150 ਰੁਪਈਆ ਕੁਇੰਟਲ ਬਣਦਾ ਅਕੋਰਡਿੰਗ ਟੂ ਸਵਾਮੀਨਾਥਨ ਰਿਪੋਰਟ, 150 ਰੁਪਈਆ ਕੁਇੰਟਲ ਮਿਲਣਾ ਚਾਹੀਦਾ, ਪਰ ਜਿਹੜਾ ਸੈਂਟਰ ਨੇ MSP ਦਿੱਤੀ ਹੈ ਉਹ 122 ਰੁਪਈਏ ਹੈ, ਤਾਂ 28 ਰੁਪਏ ਦਾ ਜਿਹੜਾ ਗੈਪ ਹੈ ਉਹ 28 ਰੁਪਈਏ ਪਰ ਕੁਇੰਟਲ ਦਿੱਲੀ ਗੌਰਮੈਂਟ ਬੋਨਸ ਦੇ ਦੂਗੀ, ਅਤੇ ਉਸ ਫਸਲ ਦਾ ਭਾਅ ਜਿਹੜਾ ਸਵਾਮੀਨਾਥਨ ਰਿਪੋਰਟ ਦੇ ਬਰਾਬਰ ਚਲਾ ਜਾਊਗਾ। ਇਹ ਦਿੱਲੀ ਦੀ ਗੌਰਮੈਂਟ ਜਿਹੜੀ ਹੈ ਕਰ ਰਹੀ ਹੈ, ਔਰ ਉਹਨਾਂ ਦਾ ਜਿਹੜਾ ਜਿਹੜਾ ਬਜਟ ਦੇ ਜਿਹੜਾ ਆਉਣ ਵਾਲੇ ਬਜਟ ਦੇ ਵਿੱਚ ਇਹ ਅਨਾਊਂਸਮੈਂਟ ਹੋ ਜੂਗੀ, ਔਰ ਮੈਨੂੰ ਲੱਗਦਾ 800-900 ਰੁਪਏ ਪਰ ਕੁਇੰਟਲ ਦਾ ਫਰਕ ਪੈ ਰਿਹਾ, 27-2800 ਰੁਪਏ 'ਤੇ ਭਾਅ ਚਲਾ ਜਾਊਗਾ ਸਵਾਮੀਨਾਥਨ ਰਿਪੋਰਟ ਦੀ ਲਾਗੂ ਹੋਣ ਨਾਲ, 800-900 ਰੁਪਏ ਪਰ ਕੁਇੰਟਲ ਫਾਇਦਾ ਹੋਊਗਾ ਜਿਹੜਾ ਦਿੱਲੀ ਦੇ ਕਿਸਾਨਾਂ ਨੂੰ। 80,000 ਏਕੜ ਜ਼ਮੀਨ ਆ ਉੱਥੇ ਦਿੱਲੀ ਦੇ ਵਿੱਚ, ਇਹ ਨਾ ਵਿਰੋਧੀ ਧਿਰਾਂ ਕਹਿੰਦੇ ਨਾ ਦਿੱਲੀ ਤਾਂ ਸ਼ਹਿਰ ਹੈ ਜੀ, 80,000 ਏਕੜ ਜ਼ਮੀਨ ਹੈ ਜਿਹੜੀ ਜਿੱਥੇ ਫਸਲ ਹੁੰਦੀ ਹੈ। ਮੋਦੀ ਨੇ ਗੁਜਰਾਤ ਨੀ ਦਿਖਾਇਆ ਸੀ, ਨਾਲੇ ਬਣਾਇਆ ਨੀ ਸੀ ਕੁਛ, ਉਹ ਕਹਿੰਦਾ ਸੀ ਗੁਜਰਾਤ ਮਾਡਲ ਦਿਖਾਵਾਂਗੇ, ਅਸੀਂ ਦਿੱਲੀ ਮਾਡਲ ਤਾਂ ਦਿਖਾਵਾਂਗੇ ਨਾ ਜਿੱਥੇ ਸੱਚੀ ਨੀਤ ਨਾਲ ਕੰਮ ਕੀਤਾ, ਜਿੱਥੇ ਅਸੀਂ ਕੰਮ ਕਰਕੇ ਦਿਖਾਇਆ। ਤੁਸੀਂ ਜਾ ਕੇ ਦੇਖ ਲਓ ਦਿੱਲੀ ਦੇ ਸਕੂਲ, ਤੁਸੀਂ ਜਾ ਕੇ ਦੇਖ ਲਓ। ਅਸੀਂ ਤਾਂ ਚੈਲੇਂਜ ਵੀ ਕਰ ਚੁੱਕੇ ਕੈਪਟਨ ਸਾਹਿਬ ਨੂੰ ਅਤੇ ਆਪਣਾ ਖੱਟਰ ਸਾਹਿਬ ਨੂੰ ਕਿ ਤੁਸੀਂ ਪੰਜਾਬ ਦਾ ਬੈਸਟ ਅਤੇ ਹਰਿਆਣੇ ਦਾ ਬੈਸਟ ਹਸਪਤਾਲ ਚੁਣ ਲਓ, ਉਹ ਸਾਨੂੰ ਦਿਖਾ ਦਿਓ, ਅਤੇ ਦਿੱਲੀ ਦਾ ਤੁਸੀਂ ਮਾੜੇ ਤੋਂ ਮਾੜਾ ਚੁਣ ਲਓ, ਉਹ ਤੁਸੀਂ ਦੇਖ ਲਓ ਕਿਉਂ ਨਹੀਂ ਆਉਂਦੇ ਅੱਗੇ ਉਹ। ਜਿਹੜਾ ਮੋਦੀ ਸਰਕਾਰ ਨੇ ਹੁਣ ਬਜਟ ਸੈਸ਼ਨ 'ਚ ਕੀਤਾ, 22 ਫਸਲਾਂ 'ਤੇ MSP ਜਿਹਨਾਂ 'ਤੇ ਲਾਗਤ ਨਾਲੋਂ 50% ਵੱਧ ਰੇਟ ਦੇਵਾਂਗੇ, ਉਹਦੇ ਬਾਰੇ ਕੀ ਹੈ ਫਿਰ ਉਹ ਇੱਕ ਤਰ੍ਹਾਂ ਨਾਲ ਸਵਾਮੀਨਾਥਨ ਦੀ ਰਿਪੋਰਟ ਤਾਂ ਲਾਗੂ ਹੋ ਜਾਣੀ ਹੈ? ਨਹੀਂ ਪਤਾ ਕਦੋਂ ਦੇਣਗੇ ਜੀ ਬਜਟ ਦੇ ਵਿੱਚ, ਨਹੀਂ ਕਦੋਂ ਦੇਣਗੇ ਬਜਟ, ਇੰਟਰਮ ਬਜਟ ਹੈ ਇਹਨਾਂ ਦੀ, ਹਰ ਸਕੀਮ 2022, 2025 ਅਤੇ 2030 ਤੱਕ ਹੈ, ਪਹਿਲਾਂ 19 ਤਾਂ ਪਾਰ ਕਰੋ। ਇਹਨਾਂ ਨੇ ਕਿਵੇਂ ਕਹਿ ਦਿੱਤਾ ਜੀ 2030 'ਚ ਐਂ ਕਰ ਦਾਂਗੇ, 2022 'ਚ ਐਂ ਕਰ ਦਾਂਗੇ, ਜਦਕਿ ਆਹ ਲਾਸਟ ਬਜਟ ਹੈ, ਪਿਊਸ਼ ਗੋਇਲ ਦਾ ਪਹਿਲਾ ਬਜਟ ਹੈ, ਗੌਰਮੈਂਟ ਦਾ ਲਾਸਟ ਬਜਟ ਹੈ, ਇਹ ਕਿਵੇਂ ਵਾਅਦਾ ਕਰ ਰਹੇ? ਅੱਛਾ ਹੁਣ 4 ਸਾਲ ਲੋਕਾਂ ਦੀਆਂ ਜੇਬਾਂ ਕੱਟੀਆਂ, ਹੁਣ ਉਹਨਾਂ ਕੱਟੀਆਂ ਹੋਈਆਂ ਜੇਬਾਂ ਦੇ ਮਾਲ 'ਚੋਂ ਥੋੜ੍ਹਾ ਜਿਹਾ ਪਾ ਕੇ ਕਹਿੰਦੇ ਮੋਦੀ ਨੇ ਖਜ਼ਾਨਾ ਲੁਟਾਤਾ, ਉਹ ਪਾਰਲੀਮੈਂਟ ਦੇ ਵਿੱਚ ਮੋਦੀ ਮੋਦੀ, ਮੈਂ ਕਿਹਾ ਜੀ ਲਖਨਊ ਦੀ ਰੈਲੀ ਥੋੜ੍ਹੀ ਹੈ, ਇਹ ਹਾਊਸ ਹੈ ਯਾਰ, ਕੋਈ ਕਿਸੇ ਤਰੀਕਾ ਹੁੰਦਾ ਇਹਨੂੰ ਚਲਾਉਣ ਦਾ। ਸੋ ਇਸ ਕਰਕੇ ਇਹ ਬਜਟ ਜਿਹੜਾ ਚੁਣਾਵੀ ਸਟੰਟ ਹੈ, ਉਹ ਹੋਰ ਕੁਛ ਨਹੀਂ ਹੈਗਾ, ਜੁਮਲੇ ਨੇ ਉਹਦੇ 'ਚ ਵਿੱਤ ਮੰਤਰੀ ਨੇ ਜਿਹੜਾ ਭਾਸ਼ਣ ਦਿੱਤਾ, ਕੋਈ 1.5 ਘੰਟਾ ਭਾਸ਼ਣ ਸੀ, 1.5 ਘੰਟੇ 'ਚੋਂ ਲਗਭਗ ਉਹ 65 ਮਿੰਟ ਸਿਰਫ ਭਾਸ਼ਣ ਦਿੱਤਾ, 10-15 ਮਿੰਟਾਂ 'ਚ ਬਜਟ ਪੜਿਆ। ਪਰ ਵੱਡੀ ਮਾਰ ਪੈ ਰਹੀ ਹੈ ਕਿਸਾਨਾਂ ਨੂੰ, ਜਿਹੜੇ ਫਲਾਂ ਦੇ ਸਬਜ਼ੀਆਂ ਦੇ ਦੁੱਧ ਦੇ ਰੇਟ ਨਹੀਂ MSP ਲੱਗਦੇ ਜੀ, ਉਹਦੇ ਕਾਰਨ ਵੱਡੀ ਮਾਰ ਪੈ ਰਹੀ ਹੈ, ਵਿਚੋਲੀਆ ਜ਼ਿਆਦਾ ਪੈਸੇ ਖਾ ਜਾਂਦਾ ਕਿਸਾਨਾਂ ਦੇ ਕੋਲੇ, ਕੁਛ ਨਹੀਂ। ਨਹੀਂ ਜਿਹੜਾ ਇਹਨਾਂ ਨੇ ਐਫੀਡੈਵਿਟ ਦਿੱਤਾ ਸਵਾਮੀਨਾਥਨ ਦਾ, ਜਦੋਂ ਪਾਰਲੀਮੈਂਟ 'ਚ ਸਵਾਲ ਉੱਠੇ, ਸਵਾਮੀਨਾਥਨ ਦਾ ਜਿਹੜਾ ਐਫੀਡੈਵਿਟ ਦਿੱਤਾ ਸੁਪਰੀਮ ਕੋਰਟ ਨੂੰ ਕਿ ਜੀ ਫਸਲਾਂ ਦੇ ਭਾਅ ਵਧਣ ਨਾਲ ਮਹਿੰਗਾਈ ਹੋ ਜਾਊਗੀ, ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹਨਾਂ ਦੇ ਭਾਅ ਵੱਧ ਜਾਣਗੇ, ਮਹਿੰਗਾਈ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਨਾਲ ਨਹੀਂ ਵੱਧਦੀ, ਮਹਿੰਗਾਈ ਬਲੈਕ ਮਾਰਕੀਟ ਕਰਕੇ ਵੱਧਦੀ ਹੈ, ਜਿਹੜੇ ਸਟੋਰ ਕਰਕੇ ਰੱਖਦੇ ਨੇ, ਔਰ ਇਹ ਇਹਨਾਂ ਦੇ ਹੀ ਬੰਦੇ ਨੇ ਉਹ ਸਾਰੇ ਜਿਹੜੇ ਦਾਲਾਂ ਨੂੰ ਸਟੋਰ ਕਰ ਲੈਂਦੇ ਨੇ, ਮੁੜ ਕੇ ਫਿਰ ਬਲੈਕ ਮਾਰਕੀਟ 'ਚ ਵੇਚਦੇ ਨੇ। ਸੋ ਇਸ ਕਰਕੇ ਬਲੈਕੀਏ ਜਿਹੜੇ ਵਿਚੋਲੀਏ ਨੇ ਉਹਨਾਂ 'ਤੇ ਜਿਹੜਾ ਨਕੇਲ ਪਾਉਣੀ ਚਾਹੀਦੀ ਹੈ। ਔਰ ਇੱਕ ਮੈਂ ਹੋਰ ਵੀ ਦੱਸ ਦਿੰਦਾ ਕਿ ਇਸ ਬਜਟ ਦੇ ਵਿੱਚ ਕਿਤੇ ਵੀ ਕੋਈ ਐਜੂਕੇਸ਼ਨ ਦੀ ਗੱਲ ਹੀ ਨਹੀਂ ਕੀਤੀ ਗਈ,
2 ਕਰੋੜ ਨੌਕਰੀਆਂ ਪੈਦਾ ਕਰਨ ਦਾ ਹਰ ਸਾਲ ਵਾਅਦਾ ਕੀਤਾ ਗਿਆ ਸੀ, ਜਦਕਿ ਅੰਕੜੇ ਆਏ ਨੇ NSSO ਦੇ, ਉਹਨਾਂ ਦੇ ਅਧਿਕਾਰੀਆਂ ਨੂੰ ਅਸਤੀਫਾ ਦੇਣਾ ਪੈ ਗਿਆ, ਕਿਉਂਕਿ ਜਦੋਂ ਸੱਚ ਬੋਲਦਾ ਕੋਈ ਅਸਤੀਫਾ ਦੇਣਾ ਪੈਂਦਾ, ਜਿਵੇਂ RBI ਵਾਲੇ ਬੋਲੇ ਸੀ ਅਸਤੀਫਾ ਦੇਣਾ ਪੈ ਗਿਆ। NSSO ਦੇ ਅੰਕੜਿਆਂ ਮੁਤਾਬਕ ਆਜ਼ਾਦੀ ਤੋਂ ਬਾਅਦ ਆਹ ਜਿਹੜਾ ਹੁਣ ਇਸ ਵਕਤ ਬੇਰੁਜ਼ਗਾਰੀ ਦਾ ਜਿਹੜਾ ਰੇਟ ਹੈ ਆਪਣੇ ਟੋਪ 'ਤੇ ਹੈ, ਇੱਦੂ 18.1 ਹੈ ਜੀ, ਇੱਦੂ ਵੱਧ ਕਦੇ ਵੀ ਬੇਰੁਜ਼ਗਾਰੀ ਹੋਈ ਨਹੀਂ ਸੀ ਦੇਸ਼ ਦੇ ਵਿੱਚ। ਅਤੇ ਕਿਹੜੇ ਮੂੰਹ ਨਾਲ ਕਹਿੰਦੇ ਨੇ ਇਹ ਕਿ ਮੋਦੀ ਮੋਦੀ ਮੋਦੀ, ਸੋ ਇਹ ਸਭ ਜੁਮਲੇ ਸੁਣਾਏ ਨੇ ਇਹਨਾਂ ਨੇ 4.5-5 ਸਾਲਾਂ 'ਚ, ਔਰ 2019 'ਚ ਦੇਸ਼ ਦੀ ਜਨਤਾ ਜਿਹੜੀ ਹੈ ਉਹ ਤਿਆਰ ਬੈਠੀ ਹੈ, ਉਹ ਇਹਨਾਂ ਦੀ ਨਫ਼ਰਤ ਦੀ ਰਾਜਨੀਤੀ ਤੋਂ ਘੱਟੋ ਘੱਟ ਛੁਟਕਾਰਾ ਪਾਉਣਾ ਚਾਹੁੰਦੀ ਹੈ। ਹੈ ਜੀ, ਜੇ ਮੈਨੂੰ ਇੰਨਾ ਪਤਾ ਹੁੰਦਾ ਮੈਂ ਨਾ ਪਬਲਿਕ ਨੂੰ ਕੋਈ ਕਰਦਾ, ਇਹ ਤਾਂ ਪਬਲਿਕ ਹੈ ਜੀ। ਹੈ ਜੀ, ਨਹੀਂ ਫਿਰ 12,000 ਨਾਲ ਕੀ ਹੋਜੂਗਾ? ਸੁਖਬੀਰ ਬਾਦਲ ਨੂੰ ਪਤਾ ਕਿ 16 ਦੀ ਬਜਾਏ 32 ਹੋ ਜਾਣਗੇ ਰੁਪਈਏ, 12,000 ਨਾਲ ਕੀ ਹੋਜੂਗਾ? ਸੁਖਬੀਰ ਬਾਦਲ ਉਹਨੇ 10 ਸਾਲਾਂ 'ਚ ਆਪ ਕੀ ਕੀਤਾ? ਇਹ ਅੰਮ੍ਰਿਤਸਰ ਦੇ ਵਿੱਚ ਦੁਸਹਿਰੇ ਵਾਲੇ ਦਿਨ ਹਾਦਸਾ ਹੋਇਆ ਤਾਂ ਦੋਨੇ ਪਿਓ ਪੁੱਤ ਜਿਹੜੇ ਨੇ ਬਾਦਲ ਪਿਓ ਪੁੱਤ ਉਹ ਕੀ ਕਹਿ ਰਹੇ ਨੇ, ਕਹਿੰਦੇ ਜੀ ਇਹਨਾਂ ਨੂੰ ਹਰੇਕ ਘਰ ਨੂੰ ਇੱਕ ਨੌਕਰੀ ਦਿਓ ਸਰਕਾਰੀ, ਅਤੇ ਕਰੋੜ ਰੁਪਈਆ ਦਿਓ। ਮੈਂ ਵੀ ਚਾਹੁੰਦਾ ਕਿ ਉਹਨਾਂ ਦੇ ਘਰਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ, ਉਹਨਾਂ ਦੇ ਕਮਾਊ ਜੀ ਮਾਰੇਗੇ ਬਹੁਤ ਘਰਾਂ ਦੇ, ਮੈਂ ਵੀ ਚਾਹੁੰਦਾ ਕਰੋੜ ਰੁਪਈਆ ਮਿਲਣਾ ਚਾਹੀਦਾ। ਪਰ ਬਾਦਲ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਇਹ ਮੰਗ ਨਹੀਂ ਕਰ ਸਕਦੇ, ਕਿਹੜੇ ਮੂੰਹ ਨਾਲ ਮੰਗ ਕਰਦੇ ਨੇ? ਚਲੋ ਹੋਰ ਤਾਂ ਛੱਡੋ, 10 ਸਾਲਾਂ 'ਚ ਜਿਹੜੇ ਇਹਨਾਂ ਦੀਆਂ ਔਰਬਿਟ ਬੱਸਾਂ ਥੱਲੇ ਆ ਕੇ ਮਰੇ ਸੀ ਉਹਨਾਂ 'ਚੋਂ ਕਿਸੇ ਨੂੰ ਕਰੋੜ ਰੁਪਈਆ 'ਚ ਸਰਕਾਰੀ ਨੌਕਰੀ ਦਿੱਤੀ ਇਹਨਾਂ ਨੇ? ਇਹ ਕਿਹੜੇ ਮੂੰਹ ਨਾਲ ਮੰਗਦੇ ਨੇ? ਅਸੀਂ ਮੰਗ ਕਰ ਸਕਦੇ ਹਾਂ ਕਿਉਂਕਿ ਅਰਵਿੰਦ ਕੇਜਰੀਵਾਲ ਦਿੱਲੀ ਦਾ ਕੋਈ ਵੀ ਸਿਪਾਹੀ ਜਾਂ ਦਿੱਲੀ ਦਾ ਕੋਈ ਫੌਜੀ ਜੇ ਕਿਸੇ ਦੇਸ਼ ਵਾਸਤੇ ਸ਼ਹੀਦ ਹੁੰਦਾ ਜਾਂ ਕਿਸੇ ਘਟਨਾ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ, ਦੂਜੇ ਦਿਨ 1 ਕਰੋੜ ਰੁਪਏ ਦਾ ਚੈੱਕ ਦੇ ਕੇ ਆਉਂਦੇ ਆ। ਇਹ ਸਿਲਾਈ ਮਸ਼ੀਨਾਂ ਦੇਣ ਵਾਲੇ ਵਿਧਵਾਵਾਂ ਨੂੰ ਇਹ ਕਿਹੜੇ ਮੂੰਹ ਨਾਲ ਮੰਗ ਕਰਦੇ ਨੇ? ਜਦੋਂ ਵਿਰੋਧੀ ਧਿਰ 'ਚ ਹੁੰਦੇ ਨੇ ਉਦੋਂ ਗੱਫੇ ਮੰਗਦੇ ਨੇ, ਜਦੋਂ ਆ ਜਾਂਦੇ ਨੇ ਸੱਤਾ 'ਚ ਉਦੋਂ ਕਹਿੰਦੇ ਨੇ ਖਜ਼ਾਨਾ ਖਾ ਲਈਏ। ਥੈਂਕ ਯੂ। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਆ ਰਿਹਾ, ਤੁਸੀਂ ਕੀ ਮਹਿਸੂਸ ਕਰਦੇ ਨੇ, ਕਿਹੜੇ ਬਰਨਿੰਗ ਇਸ਼ੂ ਕਿਹੜੇ ਜਿਹੜੇ ਤੁਸੀਂ ਪਾਰਟੀ ਵੱਲੋਂ ਕਰੋਗੇ? ਦੇਖੋ, ਪੰਜਾਬ ਵਿੱਚ ਬੇਰੁਜ਼ਗਾਰੀ ਬਹੁਤ ਵੱਡਾ ਮੁੱਦਾ ਗਾ ਇਸ ਟਾਈਮ, ਪੰਜਾਬ ਵਿੱਚ ਕਿਸਾਨਾਂ ਦਾ ਕਰਜ਼ਾ ਬਹੁਤ ਵੱਡਾ ਮੁੱਦਾ ਗਾ, ਕਰਜ਼ੇ ਜਿਹੜੇ ਹੈਗੇ ਨੇ ਉਹਨਾਂ ਲੋਕਾਂ ਦੇ ਦਿੱਤੇ ਜਾ ਰਹੇ ਨੇ ਜਿਹੜੇ ਕਿ ਆਲਰੇਡੀ ਜਿਨ੍ਹਾਂ ਕੋਲ ਜ਼ਮੀਨ ਬਹੁਤ ਜ਼ਿਆਦਾ ਗੀ। ਇਹ ਸਾਹਮਣੇ ਆਇਆ 30-30 ਕਿੱਲੇ 25-25 ਕਿੱਲੇ ਵਾਲੇ ਕਰਜ਼ੇ ਮਾਫ ਹੋ ਰਹੇ ਨੇ, ਔਰ ਜਿਹੜੇ 2.5 ਕਿੱਲੇ ਵਾਲੇ 5 ਕਿੱਲੇ ਵਾਲੇ ਉਹਨਾਂ ਦੇ ਕਰਜ਼ੇ ਮਾਫ ਨਹੀਂ ਹੋ ਰਹੇ। ਪਰਸੈਲਟੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ, ਪੰਜਾਬ ਦਾ ਜਿਹੜਾ ਪਾਣੀ ਆ ਦਰਿਆਵਾਂ ਦਾ ਉਹ ਜ਼ਹਿਰੀਲਾ ਕੀਤਾ ਜਾ ਰਿਹਾ ਫੈਕਟਰੀਆਂ ਵੱਲੋਂ, ਪੋਲਿਊਸ਼ਨ ਬਹੁਤ ਜ਼ਿਆਦਾ ਫੈਲਿਆ ਹੋਇਆ, ਜਿੰਨੇ ਵੀ ਟੀਚਰਾਂ ਦੇ ਮੁੱਦੇ ਨੇ ਪੰਜਾਬ ਦੇ ਸਾਰੇ ਮੁੱਦੇ ਜਿਹੜੇ ਹੈਗੇ ਅਸੀਂ ਉਠਾਵਾਂਗੇ। ਇੱਕ ਮੈਂ ਪਾਰਲੀਮੈਂਟ 'ਚ ਉਠਾਊਂਗਾ ਇਹ, ਇਹਨਾਂ ਨੂੰ ਇੱਥੋਂ ਚੀਮਾ ਸਾਹਿਬ ਹੋਰਾਂ ਨੇ ਲਾਇਆ ਸਵਾਲ। ਤਰਲੋਚਨ ਜੀ, ਪ੍ਰੀ ਮੈਟ੍ਰਿਕ ਸਕਾਲਰਸ਼ਿਪ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਦਲਿਤਾਂ ਦੇ ਬੱਚਿਆਂ ਦੀ, ਸੈਂਟਰ ਕਹਿੰਦਾ ਅਸੀਂ ਭੇਜਤੇ, ਇਹ ਕਹਿੰਦੇ ਸਾਡੇ ਕੋਲ ਆਏ ਨਹੀਂ। ਸੋ ਕਾਲਜਾਂ ਅਤੇ ਸਟੂਡੈਂਟਾਂ ਦੇ ਸੰਬੰਧ ਵਿਗੜ ਗਏ ਆਪਸ 'ਚ, ਜਿੰਨਾ ਉਹਨਾਂ ਦੇ ਪੇਪਰ ਸਿਰ 'ਤੇ ਨੇ, ਕਾਲਜ ਕਹਿੰਦੇ ਅਸੀਂ ਰੋਲ ਨੰਬਰ ਨਹੀਂ ਦਿੰਦੇ, 70% ਐਡਮਿਸ਼ਨ ਘੱਟ ਗਈ ਇਸ ਵਾਰ, ਅਤੇ ਜਾਂ ਫਿਰ ਜਿਹੜੇ ਪਾਸ ਆਊਟ ਹੋ ਗਏ ਉਹਨਾਂ ਨੂੰ DMC ਨਹੀਂ ਦਿੰਦੇ। ਉਹ ਪੈਸਾ ਪਹਿਲਾਂ ਸੰਗਤ ਦਰਸ਼ਨ 'ਚ ਵਰਤ ਗਏ ਸੀ ਬਾਦਲ ਸਾਹਿਬ, ਇਹ ਪਤਾ ਨਹੀਂ ਹੁਣ ਕਿਹੜੇ ਦਰਸ਼ਨਾਂ 'ਚ ਵਰਤ ਗਏ। ਸੋ ਜਿਹੜੀਆਂ ਸਕੀਮਾਂ ਬਣਦੀਆਂ ਦਲਿਤਾਂ ਗਰੀਬਾਂ ਵਾਸਤੇ ਉਹ ਰਾਹ 'ਚ ਹੀ ਕਿਉਂ ਦਮ ਤੋੜ ਜਾਂਦੀਆਂ ਨੇ? ਇਹ ਮੈਂ ਪਾਰਲੀਮੈਂਟ 'ਚ ਵੀ ਇਹ ਜਿਹੜਾ HRD ਮਨਿਸਟਰ ਕੋਲ ਮੈਂ ਲਾਇਆ ਹੋਇਆ ਸਵਾਲ, ਅਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਇਹ ਸਵਾਲ ਜਿਹੜਾ ਉਠਾਵਾਂਗੇ। ਧੰਨਵਾਦ। ਆ ਚਿੱਠੀ ਦੇ, ਇੰਨੀ ਸ਼ਾਂਤੀ ਵਾਲੀ ਹੋਵੇ ਪ੍ਰੈਸ ਕਾਨਫਰੰਸ ਦਾ, ਰੈਲੀ ਨਹੀਂ ਨਾ ਬਣਾਇਆ, ਅੱਜ ਰੈਲੀ ਨਹੀਂ ਨਾ ਬਣਾਇਆ ਤੁਸੀਂ ਇਹਨੂੰ, ਤੁਸੀਂ ਸੀਰੀਅਸ ਮੂਡ 'ਚ ਸੀਗੇ ਇਸ ਕਰਕੇ ਹੋਇਆ।
ਪਰ ਵੋਟ ਸੀ ਜੀ।